ਬੇਨਤੀ ਕਰੂੰਗਾ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੂੰ ਕਿ ਉਹ ਪੰਜਾਬ 'ਚ ਆਉਣ 'ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਜੀਓ ਐਂ ਕਹਿਣਗੇ ਅਤੇ ਨਾਲ ਤੁਹਾਡੇ ਆਪਣੇ ਸ਼ਬਦਾਂ ਦੀ ਸਾਂਝ ਪਾਉਣਗੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਬੋਲੇ ਸੋ ਨਿਹਾਲ ਬਹੁਤ ਹੀ ਸਤਿਕਾਰਯੋਗ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨਰਿੰਦਰ ਭਾਈ ਮੋਦੀ ਜੀ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸੂਬੇ ਦੇ ਉਪ ਮੁੱਖ ਮੰਤਰੀ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਜੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਾਹਿਬ ਸ਼੍ਰੀ ਵਿਜੇ ਸਾਂਪਲਾ ਜੀ ਸਮੂਹ ਸਟੇਜ 'ਤੇ ਵਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਸਾਹਿਬਾਨ ਅਤੇ ਬਹੁਤ ਹੀ ਅਜ਼ੀਜ਼ ਪੰਜਾਬ ਦੇ ਵੱਖ ਵੱਖ ਇਲਾਕਾ ਤੋਂ ਇੱਥੇ ਪਹੁੰਚੇ ਮੇਰੇ ਵੀਰੋ ਅਤੇ ਭੈਣੋ ਗੱਜ ਕੇ ਫਤਿਹ ਬੁਲੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਪ੍ਰਧਾਨ ਮੰਤਰੀ ਜੀ ਦਾ ਸਾਡੇ ਪੰਜਾਬ ਵਿੱਚ ਆਉਣ ਵਾਸਤੇ ਜਿੱਥੇ ਨਿੱਘਾ ਸਵਾਗਤ ਕਰਦੀ ਹਾਂ ਤੁਹਾਡੇ ਸਾਰਿਆਂ ਵੱਲੋਂ ਅਤੇ ਤੁਹਾਨੂੰ ਵੀ ਬੇਨਤੀ ਕਰਦੀ ਹਾਂ ਕਿ ਚੋਣਾਂ ਦਾ ਬਿਗਲ ਵੱਜ ਚੁੱਕਿਆ ਅਤੇ ਆਉਣ ਵਾਲੀ 4 ਤਰੀਕ ਨੂੰ ਤੁਸੀਂ ਇੱਕ ਬਹੁਤ ਵੱਡਾ ਫੈਸਲਾ ਸੁਣਾਉਣਾ ਹੈ। ਇਹ ਫੈਸਲਾ ਲੋਕ ਕਹਿੰਦੇ ਨੇ ਕਿ ਜਨਤਾ ਫੈਸਲਾ ਕਰਦੀ ਹੈ ਕਿਸੇ ਉਮੀਦਵਾਰ ਜਾਂ ਕਿਸੇ ਸਰਕਾਰ ਦਾ, ਲੇਕਿਨ ਮੇਰੀ ਸਮਝ ਹੈ ਕਿ ਤੁਸੀਂ ਆਪਣੇ ਭਵਿੱਖ ਦਾ ਫੈਸਲਾ, ਆਪਣੀ ਤਕਦੀਰ ਦਾ ਫੈਸਲਾ ਆਪਣੇ ਵੋਟ ਰਾਹੀਂ ਕਰਦੇ ਹੋ। ਉਹ ਮੈਂ ਇਸ ਕਰਕੇ ਕਹਿੰਦੀ ਹਾਂ ਕਿਉਂਕਿ ਜਿਸ ਬਟਨ ਨੂੰ ਤੁਸੀਂ 4 ਤਰੀਕ ਨੂੰ ਨੱਪੋਗੇ, ਇਕੱਲੇ ਇੱਕ ਉਮੀਦਵਾਰ ਨੂੰ ਨਹੀਂ, ਤੁਸੀਂ ਇੱਕ ਮੁੱਖ ਮੰਤਰੀ ਨੂੰ ਕਾਮਯਾਬ ਕਰੋਗੇ। ਅਤੇ ਮੁੱਖ ਮੰਤਰੀ ਦੀ ਇੱਕ ਇੱਕ ਸੋਚ ਦੇ ਨਾਲ ਜਿਵੇਂ ਸੂਬੇ ਦੇ ਲੋਕਾਂ ਦਾ ਭਵਿੱਖ ਜੁੜਿਆ ਹੁੰਦਾ ਹੈ, ਜਿਵੇਂ ਪ੍ਰਧਾਨ ਮੰਤਰੀ ਦੀ ਸੋਚ ਦੇ ਨਾਲ ਦੇਸ਼ ਦੀ ਜਨਤਾ ਦਾ ਭਵਿੱਖ ਜੁੜਿਆ ਹੁੰਦਾ ਹੈ, ਇੱਕ ਇੱਕ ਸੋਚ ਦੇ ਨਾਲ, ਇੱਕ ਇੱਕ ਕੀਤੇ ਹੋਏ ਕੰਮ ਦੇ ਨਾਲ, ਇੱਕ ਇੱਕ ਭੇਜੀ ਹੋਈ ਸਹੂਲਤ ਦਾ ਸਿੱਧਾ ਸਿੱਧਾ ਅਸਰ ਸੂਬੇ ਅਤੇ ਦੇਸ਼ ਦੀ ਜਨਤਾ ਦੇ ਉੱਤੇ ਪੈਂਦਾ ਹੈ। ਅਤੇ ਮੈਂ ਕਹਿ ਸਕਦੀ ਹਾਂ ਕਿ ਬਟਨ ਨੱਪਦੇ ਹੋਏ ਸਮੇਂ ਜੇ ਆਪਾਂ ਇਹਦੇ ਬਾਰੇ ਨਾ ਸੋਚੀਏ ਕਿ ਅਸੀਂ ਇਸ ਬਟਨ ਦੇ ਨੱਪਣ ਦੇ ਨਾਲ ਮੁੱਖ ਮੰਤਰੀ ਕਿਹੜਾ ਬਣਾ ਰਹੇ ਹਾਂ, ਅਤੇ ਸ਼ਾਇਦ ਅਸੀਂ ਆਪਣੇ ਇਸ ਤਾਕਤ ਦੇ ਨਾਲ ਸਹੀ ਇਨਸਾਫ ਨਹੀਂ ਕਰਦੇ। ਜਿੱਥੇ ਮੁੱਖ ਮੰਤਰੀਆਂ ਦੀ ਗੱਲ ਹੈ, ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਪਾਸੇ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਸਰਦਾਰ ਬਾਦਲ, ਜਿਨ੍ਹਾਂ ਦਾ 60 ਸਾਲ ਦਾ ਲੰਬਾ ਸਿਆਸੀ ਜੀਵਨ ਤੁਹਾਡੇ ਸਾਰਿਆਂ ਦੇ ਸਾਹਮਣੇ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਜੀ, ਜਿਨ੍ਹਾਂ ਦੀ ਸਰਕਾਰ ਸਾਡੇ ਤੋਂ ਪਹਿਲੇ 5 ਸਾਲ ਤੁਸੀਂ ਪੰਜਾਬ ਵਿੱਚ ਤੁਸੀਂ ਦੇਖ ਚੁੱਕੇ ਹੋ, ਲੇਕਿਨ ਪੰਜਾਬ ਦੇ ਸਾਹਮਣੇ ਇੱਕ ਨਵੀਂ ਚੁਣੌਤੀ, ਹੁਣ ਬਾਹਰੋਂ ਵੀ ਮੁੱਖ ਮੰਤਰੀ ਆਪਣਾ ਕੰਮਕਾਜ ਆਪਣੇ ਸੂਬਿਆਂ ਦਾ ਕੰਮਕਾਜ ਛੱਡ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਹੇ ਨੇ। ਵੀਰੋ, ਅੱਜ ਮੈਂ ਮਾਣ ਨਾਲ ਕਹਿ ਸਕਦੀ ਹਾਂ ਕਿ ਭਾਵੇਂ ਕੈਪਟਨ ਸਾਹਿਬ ਦੀ 5 ਸਾਲ ਜਿਹੜੀ ਕਾਂਗਰਸ ਦੀ ਸਰਕਾਰ ਸੀ, ਜੇ ਅੱਜ ਮੈਂ ਇਸ ਭਰੀ ਜਨਤਾ ਨੂੰ ਪੁੱਛਾਂ ਕਿ ਮੈਨੂੰ ਇੱਕ ਬੰਦਾ ਖੜਾ ਕਰਕੇ ਦੱਸ ਦੇ ਹੱਥ ਕਿ ਕੈਪਟਨ ਸਾਹਿਬ ਦਾ 5 ਸਾਲ ਆਹੀ ਪੰਜਾਬ ਸੀ, ਆਹੀ ਪੰਜਾਬ ਦੇ ਲੋਕੀ ਸਨ, ਆਹੀ ਪੰਜਾਬ ਦਾ ਖਜ਼ਾਨਾ ਸੀ, ਲੇਕਿਨ ਮੁੱਖ ਮੰਤਰੀ ਸਰਦਾਰ ਬਾਦਲ ਨਹੀਂ, ਮੁੱਖ ਮੰਤਰੀ ਕੈਪਟਨ ਸਾਹਿਬ ਸਨ। ਕੈਪਟਨ ਸਾਹਿਬ ਦੇ 5 ਸਾਲਾਂ ਵਿੱਚ ਤੁਹਾਡੇ ਘਰਾਂ ਵਿੱਚ ਉਹ ਕਿਹੜੀ ਸਹੂਲਤ ਤੁਹਾਨੂੰ ਮਿਲੀ ਜਿਹਦੇ ਨਾਲ ਤੁਹਾਡੀ ਤਕਲੀਫ ਘਟੀ? ਕਾਂਗਰਸ ਦੇ 5 ਸਾਲਾਂ ਵਿੱਚ ਤੁਹਾਡੇ ਪਿੰਡ ਵਿੱਚ ਜਾਂ ਤੁਹਾਡੇ ਇਲਾਕੇ ਵਿੱਚ ਉਹ ਕਿਹੜਾ ਇੱਕ ਵੱਡਾ ਵਿਕਾਸ ਦਾ ਕੰਮ ਕੀਤਾ ਗਿਆ ਜਿਹਦੇ ਨਾਲ ਤੁਹਾਡੀ ਤਰੱਕੀ ਹੋਈ? 5 ਸਾਲਾਂ ਵਿੱਚ ਕੈਪਟਨ ਸਾਹਿਬ ਦੇ ਰਾਜ ਵਿੱਚ ਪੰਜਾਬ ਦੇ ਵਿਕਾਸ ਤੇ ਤਰੱਕੀ ਵਾਸਤੇ ਉਹ ਕਿਹੜੀ ਇੱਕ ਗੱਲ ਯਾਦ ਆਉਂਦੀ ਹੈ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਕੈਪਟਨ ਸਾਹਿਬ ਆ ਕਰ ਗਏ, ਇਹਦੇ ਨਾਲ ਸਾਡੇ ਪੰਜਾਬ ਦਾ ਬੜਾ ਭਲਾ ਹੋਇਆ?
ਜਿਵੇਂ ਅੱਜ ਮੋਦੀ ਸਾਹਿਬ ਦੀ ਸਰਕਾਰ ਦਿੱਲੀ ਵਿੱਚ ਹੈ, ਇਹੋ ਜਿਹੀ ਤਾਲਮੇਲ ਦੀ ਸਰਕਾਰ ਸਰ ਮਨਮੋਹਨ ਸਿੰਘ ਦੀ ਦਿੱਲੀ ਵਿੱਚ ਸੀ ਅਤੇ ਕੈਪਟਨ ਸਾਹਿਬ ਮੁੱਖ ਮੰਤਰੀ ਸਨ। ਲੇਕਿਨ ਭਾਵੇਂ 10 ਸਾਲ ਮਨਮੋਹਨ ਸਿੰਘ ਜੀ ਦੀ ਸਰਕਾਰ ਦਿੱਲੀ ਵਿੱਚ ਸੀ ਜਾਂ 5 ਸਾਲ ਸਰਕਾਰ ਕੈਪਟਨ ਸਾਹਿਬ ਦੀ ਪੰਜਾਬ ਵਿੱਚ ਸੀ, ਪੰਜਾਬ ਦਾ ਇੱਕ ਇਲਾਕਾ ਨਹੀਂ ਦੱਸ ਸਕਦਾ। ਇੱਕ ਅੱਜ ਜਿਹੜੇ ਉਹਨਾਂ ਵਾਸਤੇ ਵੋਟਾਂ ਮੰਗਦੇ ਫਿਰਦੇ ਨੇ ਉਹ ਨਹੀਂ ਦੱਸ ਸਕਦੇ ਅਤੇ ਨਾ ਹੀ ਕੈਪਟਨ ਸਾਹਿਬ ਦੱਸ ਸਕਦੇ ਨੇ ਕਿ 5 ਸਾਲ ਮੇਰੀ ਸਰਕਾਰ ਪੰਜਾਬ ਵਿੱਚ ਰਹੀ ਉਹ ਮੈਂ ਕਿਹੜਾ ਵੱਡਾ ਕੰਮ ਕੀਤਾ ਜਿਹਦੇ ਪਰ ਪੰਜਾਬੀਆਂ ਦਾ ਭਲਾ ਹੋਇਆ, ਉਹ ਮੈਂ ਕਿਹੜੀ ਸਹੂਲਤ ਭੇਜੀ ਜਿਹਦੇ ਨਾਲ ਸਾਡੇ ਲੋਕਾਂ ਦੀ ਤਕਲੀਫਾਂ ਘਟੀਆਂ। ਅਤੇ ਮੈਂ ਮਨ ਨਾਲ ਕਹਿ ਸਕਦੀ ਹਾਂ ਜਿੱਥੇ ਨਾ ਕੋਈ ਇਨਸਾਨ, ਨਾ ਕੋਈ ਇਲਾਕਾ, ਨਾ ਕੋਈ ਪਿੰਡ ਦੱਸ ਸਕਦਾ ਕਿ ਕਿਹੜੀ ਸਹੂਲਤ ਭੇਜੀ ਅਤੇ ਕਿਹੜਾ ਵਿਕਾਸ ਕੀਤਾ। ਅੱਜ ਆਹ ਵੀ ਮਨ ਨਾਲ ਕਹਿ ਸਕਦੀ ਹਾਂ ਕਿ ਪੰਜਾਬ ਦਾ ਕੋਈ ਇੱਕ ਪਿੰਡ ਨਹੀਂ, ਸ਼ਹਿਰ ਦਾ ਕੋਈ ਇੱਕ ਵਾਰਡ ਨਹੀਂ ਜਿਹੜਾ ਕਹਿ ਸਕਦਾ ਹੈ ਕਿ ਬਾਦਲ ਸਾਹਿਬ ਦੀ ਭੇਜੀ ਹੋਈ ਕੋਈ ਸਹੂਲਤ ਸਾਡੇ ਇਲਾਕੇ ਵਿੱਚ ਨਹੀਂ ਪਹੁੰਚੀ। ਨਾ ਸਾਡੇ ਕੋਲ ਆਟਾ ਦਾਲ ਪਹੁੰਚਿਆ, ਨਾ ਪੈਨਸ਼ਨ ਸ਼ਗਨ ਪਹੁੰਚੀ, ਨਾ ਪੀਣ ਦਾ ਪਾਣੀ ਪਹੁੰਚਿਆ, ਨਾ ਬਿਜਲੀ ਪਹੁੰਚੀ, ਨਾ ਸਾਡੀ ਗਲੀ ਨਾਲੀਆਂ ਬਣੀਆਂ। ਸਾਡੇ ਕੋਲ ਬਾਦਲ ਸਾਹਿਬ ਦੀ ਭੇਜੀ ਹੋਈ ਕੋਈ ਸਹੂਲਤ ਸਾਡੇ ਕਿਸੇ ਪਿੰਡ 'ਚ ਨਹੀਂ ਪਹੁੰਚੀ। ਅੱਜ ਇੱਕ ਪਿੰਡ, ਹਜ਼ਾਰਾਂ ਪਿੰਡਾਂ ਵਿੱਚੋਂ ਇੱਕ ਪਿੰਡ ਦਾ ਬੰਦਾ ਨਹੀਂ ਕਹਿ ਸਕਦਾ ਸਾਡੇ ਇਲਾਕੇ ਵਿੱਚ ਬਾਦਲ ਸਾਹਿਬ ਨੇ ਕੁਝ ਭੇਜਿਆ ਨਹੀਂ। ਜਿੱਥੇ ਮੈਂ ਆਹ ਵੀ ਮਨ ਨਾਲ ਕਹਿ ਸਕਦੀ ਹਾਂ ਕਿ ਬਾਦਲ ਸਾਹਿਬ ਦੇ ਕੀਤੇ ਹੋਏ ਕੰਮਾਂ ਦਾ, ਉਹਨਾਂ ਦੀ ਦਿੱਤੀ ਹੋਈ ਸਹੂਲਤਾਂ ਦਾ ਪੰਜਾਬ ਦੇ ਇਤਿਹਾਸ ਵਿੱਚ ਅੱਜ ਤੋਂ ਪਹਿਲਾਂ ਕੋਈ ਸਰਕਾਰ ਜਾਂ ਕੋਈ ਮੁੱਖ ਮੰਤਰੀ ਮੁਕਾਬਲਾ ਨਹੀਂ ਕਰ ਸਕਦਾ। ਜਿਹਦੇ ਕਾਰਨ ਅੱਜ ਜਿਹੜੀ ਵਿਰੋਧੀ ਪਾਰਟੀਆਂ ਸਾਡੇ ਸਾਹਮਣੇ ਤੁਰੀਆਂ ਫਿਰਦੀਆਂ ਨੇ, ਇਹ ਕੰਮਾਂ ਦੀ ਤਾਂ ਗੱਲ ਹੀ ਨਹੀਂ ਕਰਦੇ। ਇਹਨਾਂ ਦੀ ਇੱਕੋ ਇੱਕ ਰਾਜਨੀਤੀ ਹੁੰਦੀ ਹੈ, ਨਾ ਅੱਗੇ ਲੋਕਾਂ ਦੇ ਵਿੱਚ ਜਾਓ, ਨਾ ਮਗਰੋਂ ਲੋਕਾਂ ਦੇ ਵਿੱਚ ਜਾਓ, ਇਕੱਲੇ ਵੋਟਾਂ ਦੇ ਵੇਲੇ ਲੋਕਾਂ ਦੇ ਵਿੱਚ ਨਿਕਲ ਕੇ ਆਓ, ਜੰਮ ਕੇ ਵਿਰੋਧੀਆਂ ਦੇ ਖਿਲਾਫ ਲੋਕਾਂ ਨੂੰ ਭੜਕਾਓ। ਜੇ ਬੇਬੁਨਿਆਦ ਇਲਜ਼ਾਮ ਲਾਉਣ ਦੀ ਲੋੜ ਹੈ ਤਾਂ ਇਹੋ ਜਿਹੇ ਵੀ ਲਾਂਛਣ ਲਾਓ ਅਤੇ ਫਿਰ ਲੋਕਾਂ ਨੂੰ ਭੜਕਾ ਕੇ, ਗੁੰਮਰਾਹ ਕਰਕੇ, ਝੂਠੇ ਸਿੱਧੇ ਲਾਰੇ ਲੱਪੇ ਲਾ ਕੇ ਉਹਨਾਂ ਦੀ ਵੋਟਾਂ ਲੁੱਟ ਕੇ ਸਰਕਾਰ ਬਣਾ ਲਓ। ਅਤੇ ਜਦ ਸਰਕਾਰ ਬਣ ਜਾਂਦੀ ਹੈ ਫਿਰ ਆਪਣੇ ਵਾਅਦਿਆਂ ਨੂੰ ਵੀ ਭੁੱਲ ਜਾਓ ਅਤੇ ਲੋਕਾਂ ਨੂੰ ਵੀ ਭੁੱਲ ਜਾਓ ਅਤੇ 5 ਸਾਲ ਮਹਿਲਾਂ ਦੇ ਵਿੱਚ ਬੈਠ ਕੇ ਐਸ਼ੋ ਆਰਾਮ ਕਰੋ। ਆਹੀ ਕਾਰਨ ਹੈ ਜਿਹੜੇ ਵੱਡੇ ਵੱਡੇ ਲਾਰੇ ਲੱਪੇ ਅੱਜ ਲਾਈ ਫਿਰਦੇ ਨੇ ਕੈਪਟਨ ਸਾਹਿਬ, ਇਹੋ ਜਿਹੇ ਪਹਿਲੇ ਵੀ ਲਾਏ ਸੀ ਲੇਕਿਨ ਦਿੱਤਾ ਕੀ, ਇੱਕ ਇੱਕ ਕਰਕੇ ਸਾਰਾ ਕੁਝ ਰੱਦ ਕਰਤਾ ਸੀ। ਲੇਕਿਨ ਇਸ ਤੋਂ ਵੀ ਖਤਰਨਾਕ ਇੱਕ ਨਵਾਂ ਤਰੀਕਾ ਦੀ ਰਾਜਨੀਤੀ ਪੈਦਾ ਹੋ ਗਈ ਹੈ ਸਾਡੇ ਦੇਸ਼ ਵਿੱਚ। ਆਹ ਜਿਹੜੇ ਬਾਹਰ ਦੇ ਬੰਦੇ ਟੋਪੀ ਪਾ ਕੇ ਕੇਜਰੀਵਾਲ ਸਾਹਿਬ ਆਹ ਦਸਤਾਰਾਂ ਦੇ ਸੂਬੇ ਵਿੱਚ, ਗੁਰੂਆਂ ਪੀਰਾਂ ਦੇ ਧਰਤੀ ਵਿੱਚ, ਜਿਹੜੇ ਖਾਲਸਾ ਪੰਥ ਨੂੰ ਗੁਰੂ ਸਾਹਿਬ ਨੇ ਸਾਜਿਆ ਸੀ ਕਿ ਇੰਨੀ ਭੀੜ ਵਿੱਚ ਉਹ ਦਸਤਾਰ ਦੂਰੋਂ ਚਮਕੇ ਤੇ ਲੋਕਾਂ ਨੂੰ ਪਤਾ ਲੱਗ ਜਾਏ ਗੁਰੂ ਦਾ ਸਿੱਖ ਹੈ। ਜਿਸ ਪੰਜਾਬ ਦੇ ਵਿੱਚ ਅੱਜ ਤੋਂ ਪਹਿਲਾਂ ਕੋਈ ਮੁੱਖ ਮੰਤਰੀ ਨਹੀਂ ਹੋਇਆ ਜਿਹੜਾ ਸਾਡਾ ਗੁਰੂ ਸਾਹਿਬ ਦੀ ਸਜੀ ਹੋਈ ਦਸਤਾਰ ਉਸ ਮੁੱਖ ਮੰਤਰੀ ਦੇ ਸਿਰ ਤੇ ਨਹੀਂ ਸਜਦੀ ਸੀ, ਆਹ ਬਾਹਰ ਵਾਲੇ ਕਿੱਥੋਂ ਆ ਗਏ ਨੇ? ਕੇਜਰੀਵਾਲ ਸਾਹਿਬ, ਤੁਸੀਂ ਸਾਰੇ ਜਾਣਦੇ ਹੋ ਕਿ ਨਾ ਕੇਜਰੀਵਾਲ ਸਾਹਿਬ ਦਾ ਕੋਈ ਪੰਜਾਬ ਦੇ ਨਾਲ ਨਾਤਾ, ਨਾ ਅੱਜ ਤੋਂ ਪਹਿਲੇ ਕਦੇ ਪੰਜਾਬ ਵਿੱਚ ਆਏ, ਨਾ ਪੰਜਾਬ ਦੇ ਜੰਮਪਲ, ਨਾ ਪੰਜਾਬ 'ਚ ਇਹਨਾਂ ਦੀ ਰਿਸ਼ਤੇਦਾਰੀਆਂ, ਨਾ ਸਾਡੀ ਭਾਸ਼ਾ ਜਾਣਦੇ, ਨਾ ਸਾਡਾ ਧਰਮ ਜਾਣਦੇ ਨੇ, ਨਾ ਸਾਡੇ ਪਿੰਡਾਂ ਦਾ ਰਾਹ ਜਾਣਦੇ ਨੇ, ਨਾ ਕਿਸੇ ਨੂੰ ਸ਼ਹਿਰ 'ਚ ਜਾਂਦੇ ਨੇ। ਬਾਹਰ ਵਾਲੇ ਬੰਦੇ ਸਾਡੇ ਵਿੱਚ ਅੱਜ ਲੈਣ ਕੀ ਆਏ ਨੇ? ਮੈਂ ਦੱਸਦੀ ਹਾਂ ਲੈਣ ਕੀ ਆਏ ਨੇ। ਇੱਕ ਨਵੇਂ ਤਰੀਕੇ ਦੇ ਰਾਜਨੇਤਾ ਪੈਦਾ ਹੋ ਗਏ ਨੇ ਹਿੰਦੁਸਤਾਨ ਵਿੱਚ, ਜਿਹੜਾ ਇਕੱਲੇ ਲੁਟੇਰਿਆਂ ਦੀ ਟੋਲੀ ਹੈ। ਇਹਨਾਂ ਨਾਲ ਕੋਈ ਧਰਮ ਨਹੀਂ, ਕੋਈ ਇਮਾਨ ਨਹੀਂ, ਹਰੇਕ ਨੂੰ ਇਸਤੇਮਾਲ ਕਰਕੇ ਤੇ ਆਪਣਾ ਕੰਮ ਕਾਜ ਦੇਖਦੇ ਨਹੀਂ, ਇਹ ਇਕੱਲੇ ਲੁੱਟਣ 'ਚ ਤੁਲੇ ਹੋਏ ਨੇ। ਬਹੁਤ ਧੰਦਾ ਬਣਾ ਲਿਆ ਇਹਨਾਂ ਨੇ ਤਾਂ ਰਾਜਨੀਤੀ ਦਾ, ਇਹ ਤਾਂ ਪਹਿਲੀ ਵਾਰੀ ਦੇਖਿਆ। ਐਮਐਲਏ ਤਾਂ ਹਲਕੇ ਬਦਲਦੇ ਨੇ ਸੁਣਿਆ, ਲੇਕਿਨ ਮੁੱਖ ਮੰਤਰੀ ਆਪਣਾ ਸੂਬਾ ਹੀ ਬਦਲ ਦਿੰਦਾ ਅਤੇ ਇਤਿਹਾਸ 'ਚ ਪਹਿਲੀ ਵਾਰੀ ਸੁਣਨ ਨੂੰ ਮਿਲਿਆ। ਲੋੜ ਕੀ ਪੈ ਗਈ ਅੱਜ ਕੇਜਰੀਵਾਲ ਸਾਹਿਬ ਨੂੰ ਕਿ ਜਿੱਥੇ ਦੇ ਲੋਕਾਂ ਨੇ ਸੇਵਾ ਦਿੱਤੀ, ਅੱਜ ਉਹਨਾਂ ਨੂੰ ਛੱਡ ਕੇ ਦੂਜੇ ਸੂਬਿਆਂ ਵਿੱਚ, ਕਦੇ ਗੋਆ, ਕਦੇ ਪੰਜਾਬ, ਕਦੇ ਗੁਜਰਾਤ, ਦੂਜੇ ਸੂਬਿਆਂ ਵਿੱਚ ਫਿਰਨ ਦੀ ਲੋੜ ਕੀ ਪੈ ਗਈ? ਲੋੜ ਆ ਪੈ ਗਈ ਹੈਗੀ ਕਿਉਂਕਿ ਸਿਆਸਤ ਨੂੰ ਇੱਕ ਧੰਦਾ ਬਣਾ ਲਿਆ। ਜਿਹੜੇ ਸੂਬੇ ਵਿੱਚ ਵੋਟਾਂ ਹੁੰਦੀਆਂ ਨੇ ਕੇਜਰੀਵਾਲ ਸਾਹਿਬ ਉੱਥੇ ਪਹੁੰਚ ਜਾਂਦੇ ਨੇ,
ਫਿਰ ਵੋਟਾਂ ਦੇ ਨਾਂ ਤੇ ਪਹਿਲੇ ਤਾਂ ਜਾ ਕੇ ਲੋਕਾਂ ਨੂੰ ਭੜਕਾਓ ਕਿ ਤੁਹਾਡਾ ਤਾਂ ਕਿੰਨਾ ਮਾੜਾ ਹਾਲ ਹੈਗਾ, ਆ ਨਹੀਂ ਹੈਗਾ, ਉਹ ਨਹੀਂ ਹੈਗਾ, ਤੁਹਾਡਾ ਤਾਂ ਸੂਬਾ ਹੀ ਇੰਨਾ ਪਿਛੜ ਗਿਆ, ਮੈਂ ਸਾਰਾ ਕੁਝ ਠੀਕ ਠਾਕ ਆ ਤੇ ਇਹ ਵੀ ਦੇ ਦੇਣਾ, ਉਹ ਵੀ ਦੇ ਦੇਣਾ, ਸਭ ਕੁਝ ਮੈਂ ਹੀ ਦੇਣਾ ਹੈਗਾ। ਫਿਰ ਜਿਹੜੇ ਸੂਬੇ ਵਿੱਚ ਵੋਟਾਂ ਹੁੰਦੀਆਂ ਨੇ ਪਹਿਲੇ ਵਿਦੇਸ਼ਾਂ 'ਚ ਸਾਰੇ ਦੇਸ਼ਾਂ ਦੇ ਦੌਰੇ ਲਾਓ, ਜਿੰਨੇ ਸਾਡੇ ਭਰਾ ਬੈਠੇ ਹੁੰਦੇ ਨੇ ਜਿਵੇਂ ਪੰਜਾਬ ਦਾ ਵੋਟਾਂ ਹੈਗੀਆਂ, ਤੇ ਸਾਰੇ ਵਿਦੇਸ਼ੀ ਬੈਠੇ ਸਾਡੇ ਸਿੱਖ ਭਰਾਵਾਂ ਦੇ ਕੋਲ ਜਾਓ, ਪੰਜਾਬ ਦਾ ਵੀ ਬੇੜਾ ਗਰਕ ਹੋ ਗਿਆ, ਕੱਖ ਨਹੀਂ ਹੈਗਾ ਪੰਜਾਬ 'ਚ, ਮੈਂ ਸਾਰਾ ਸੁਧਾਰ ਕਰਨਾ ਹੈ, ਲਾਓ ਮੈਨੂੰ ਡਾਲਰ ਦਿਓ, ਮੈਂ ਜਾ ਕੇ ਪੰਜਾਬ ਨੂੰ ਸੁਧਾਰਨਾ ਹੈ, ਤਾਂ ਡਾਲਰ ਇਕੱਠੇ ਕਰ ਲਓ। ਫਿਰ ਆ ਜਾਓ ਜਿਹੜੇ ਸੂਬੇ ਵਿੱਚ ਚੋਣ ਹੈਗੀ, ਇੱਕ ਇੱਕ ਕਰਕੇ ਜਿੰਨੀ ਸੀਟਾਂ ਹੈਗੀਆਂ 2-4 ਕਰੋੜ ਰੁਪਏ ਦੇ ਕੇ ਆਪਣੀ ਸੀਟਾਂ ਵੇਚਣ ਲੱਗ ਜਾਓ। ਇਹ ਮੈਂ ਤਾਂ ਨਹੀਂ ਕਹਿ ਰਹੀ, ਤੁਸੀਂ ਛੋਟੇਪੁਰ ਸਾਹਿਬ ਨੂੰ ਪੁੱਛ ਲਓ ਜਾਂ ਉਹਨਾਂ ਦੇ ਜਿਹੜੇ ਕੈਂਡੀਡੇਟ ਨੇ ਉਹ ਆਪ ਹੀ ਕਹਿ ਰਹੇ, ਉਹਨਾਂ ਨੂੰ ਪੁੱਛ ਲਓ। ਜੋ 2-4 ਕਰੋੜ ਰੁਪਏ ਦੇ ਕੇ ਜਿਹੜਾ ਬੰਦਾ ਆਪਣੀ ਸੀਟ ਖਰੀਦ ਕੇ ਆਉਂਦਾ, ਇਹਨੇ ਲੋਕਾਂ ਦੀ ਸੇਵਾ ਕਰਨੀ ਹੈ ਕਿ ਲੋਕਾਂ ਨੂੰ ਠੱਗਣਾ ਹੈ? ਫਿਰ ਚਲੋ 2-4 ਕਰੋੜ ਰੁਪਏ ਦੇ ਕੇ ਇੱਕ ਸੀਟ ਨੂੰ ਤੁਸੀਂ ਵੇਚਣ ਲੱਗ ਜਾਓ, ਉਹਦੇ ਬਾਅਦ ਲੋਕਾਂ ਦੇ ਵਿੱਚ ਜਾਓ, ਮੈਂ ਤਾਂ ਬੜੀ ਛੋਟੀ ਗਰੀਬ ਪਾਰਟੀ, ਇਹਨੇ ਵੱਡਿਆਂ ਦੇ ਨਾਲ ਮੈਂ ਲੜਾਈ ਕਰਨੀ ਹੈ, ਆਓ ਮੇਰੇ ਨਾਲ ਰੋਟੀ ਖਾਓ ਤਾਂ ਮੈਨੂੰ 10,000 ਚੰਦਾ ਵੀ ਫੜਾਓ। ਵਾਹ ਵੀ, ਧੰਦਾ ਹੀ ਕਿੰਨਾ ਵਧੀਆ। ਫਿਰ ਜੇ ਦਾ ਲੱਗਿਆ ਇਹੋ ਜਿਹੇ ਲੰਬੇ ਚੌੜੇ ਲਾਰੇ ਲੱਪੇ ਲਾਓ, ਇਹੋ ਜਿਹੇ ਝੂਠੇ ਸਿਰੇ ਵਾਦੇ, ਅੱਜ ਜਿਵੇਂ ਫੜਾਈ ਜਾਂਦਾ ਕਿਸੇ ਦੀ ਕੁੜਕੀ ਮਾਫ਼ ਕਰਨੀ ਹੈ, ਕਿਸੇ ਨੂੰ ਕਾਰਡ ਫੜਾਈ ਜਾਂਦਾ, ਥੋੜ੍ਹਾ ਫਲਾਂ ਟਿਮਕਾ ਕਰਨਾ ਹੈ, ਕਿਸੇ ਨੂੰ ਫੋਨ ਕਰੀ ਜਾਂਦਾ ਹੈ, ਇਹੋ ਜਿਹੇ 100 ਹੋਰ ਲਾਰੇ ਉੱਥੇ ਦਿੱਲੀ ਵਿੱਚ ਲਾਏ, ਪੋਲੀ ਪਾਲੀ ਦਿੱਲੀ ਦੀ ਜਨਤਾ ਇਹਦੇ ਝਾਂਸੇ ਵਿੱਚ ਆ ਗਈ ਤਾਂ ਚੱਕ ਚੱਕ ਇਹਨਾਂ ਦੇ ਬਟਨ ਨੱਪ ਕੇ ਇਹਦੀ ਸਰਕਾਰ ਬਣਾਤੀ। ਤੇ ਵਾਹ ਬਈ, ਫਿਰ ਦਿੱਲੀ ਵਰਗਾ ਜੇ ਦਾ ਲੱਗ ਜੂਗਾ, ਫਿਰ ਜੰਮ ਕੇ ਸੂਬੇ ਦੇ ਖਜ਼ਾਨੇ ਨੂੰ ਲੁੱਟੋ, ਆਪਣੀ ਤਨਖਾਹ ਨੂੰ 4 ਗੁਣਾ ਕਰ ਦਿਓ, ਇਸ਼ਤਿਹਾਰਾਂ ਦਾ ਬਜਟ 5,000 ਗੁਣਾ ਵਧਾ ਦਿਓ, ਤੇ ਲੋਕਾਂ ਨੂੰ ਛੱਡੋ ਤੇ ਦੂਜੇ ਸੂਬੇ ਵਿੱਚ ਤੁਰ ਜਾਓ, ਤੇ ਆਹੀ ਧੰਦਾ ਉੱਥੇ ਸ਼ੁਰੂ ਕਰ ਲਓ। ਜੇ ਉੱਥੇ ਦਾ ਨਹੀਂ ਲੱਗਦਾ ਤਾਂ ਕੋਈ ਗੱਲ ਨਹੀਂ, ਅਗਲੇ ਸੂਬੇ ਵਿੱਚ ਜਿੱਥੇ ਚੋਣ ਆਉਂਦੀ ਉੱਥੇ ਪਹੁੰਚ ਜਾਓ, ਹੋਰ ਕੁਛ ਨਹੀਂ ਤਾਂ ਪ੍ਰਧਾਨ ਮੰਤਰੀ ਦੀ ਚੋਣ ਆਉਂਦੀ ਤੇ ਉੱਥੇ ਵੀ ਪਹੁੰਚ ਜਾਓ, ਆਹ ਤਾਂ ਧੰਦਾ ਹੀ ਬਹੁਤ ਵਧੀਆ, ਇਹਨੇ ਤਾਂ ਵਪਾਰ ਬਣਾਤਾ। ਤੇ ਅੱਜ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ, ਉੱਚੇ ਅਰਦਾਸ ਕਰਕੇ ਨਿਕਲਦਾ ਕਿ ਮਾਲਿਕ ਉਹ ਜੀ ਸੇਵਾ ਕਰਾਓ ਜਿਹੜੀ ਤੁਹਾਨੂੰ ਪਾਉਂਦੀ ਹੈ। ਹਰ ਸ਼ਾਮ ਨੂੰ ਵਾਪਸ ਆ ਕੇ ਉਸ ਮਾਲਿਕ ਦੇ ਚਰਨਾਂ ਤੋਂ ਮਾਫੀ ਮੰਗ ਕੇ ਕੀਤੀ ਹੋਈ ਭੁੱਲਾ ਢਿੱਲਾ ਦੀ ਅਗਲਾ ਦਿਨ ਆਪਾਂ ਆਪਣਾ ਸ਼ੁਰੂ ਕਰਦੇ ਹਾਂ। ਜਿਹੜੇ ਬਾਦਲ ਸਾਹਿਬ ਨੇ ਆਪਣੀ ਉਮਰ ਸਿਆਸੀ ਸੇਵਾ ਇੱਕ ਸਰਪੰਚ ਬਣ ਕੇ, ਬਲਾਕ ਸਮਿਤੀ ਮੈਂਬਰ ਬਣ ਕੇ, ਸਕਲ ਪ੍ਰਧਾਨ ਬਣ ਕੇ, MLA ਬਣ ਕੇ, MP ਬਣ ਕੇ, ਮੁੱਖ ਮੰਤਰੀ ਬਣ ਕੇ, ਯੂਨੀਅਨ ਮਿਨਿਸਟਰ ਬਣ ਕੇ, ਅੱਜ ਮੈਂ ਤੁਹਾਨੂੰ ਪੁੱਛਦੀ ਹਾਂ, ਜਿਹੜੇ 5 ਵਾਰੀ ਮੁੱਖ ਮੰਤਰੀ ਜੇ ਗੁਰੂ ਸਾਹਿਬ ਦੀ ਰਹਿਮਤ ਦੇ ਬਿਨਾਂ ਕੋਈ ਬਣ ਸਕਦਾ, ਤੁਹਾਡਾ ਤਾਂ ਜਨਮ ਕੀ? ਜਿਹੜਾ ਬੰਦਾ ਤੁਹਾਡੇ ਨਾਲ ਖੜਿਆ ਹੈ, ਤੁਸੀਂ ਇੱਕ ਇੱਕ ਕਰਕੇ ਹਰੇਕ ਨੂੰ ਧੋਖਾ ਦਿੱਤਾ, ਭਾਵੇਂ ਅੰਨਾ ਹਜ਼ਾਰੇ ਜੀ ਹੋਣ, ਭਾਵੇਂ ਯੋਗੇਂਦਰ ਯਾਦਵ ਜੀ ਹੋਣ, ਭਾਵੇਂ ਉਹ ਪ੍ਰਸ਼ਾਂਤ ਹੋਏ, ਭਾਵੇਂ ਦਿੱਲੀ ਦੀ ਜਨਤਾ ਹੋਏ, ਜਾਂ ਤੁਹਾਡੇ ਪੰਜਾਬ ਤੇ ਤੁਹਾਡੇ ਛੋਟੇਪੁਰ ਹੋਣ, ਡਾਕਟਰ ਗਾਂਧੀ ਹੋਣ, ਤੁਹਾਡੇ MP ਖਾਲਸਾ ਹੋਣ, ਜਿਹੜਾ ਬੰਦਾ ਤੁਹਾਡੇ ਨਾਲ ਖੜਿਆ ਹੈ ਤੁਸੀਂ ਉਹਨੂੰ ਹੀ ਧੋਖਾ ਦਿੱਤਾ ਹੈ। ਤੇ ਹੁਣ ਜਿਹੜੇ ਧੋਖਾਬਾਜ਼ੀ ਤੁਸੀਂ ਦਿੱਲੀ ਦੀ ਜਨਤਾ ਦੇ ਨਾਲ ਕੀਤੀ ਹੈ, ਜੇ ਤੁਸੀਂ ਕਿਸੇ ਭੁਲੇਖੇ ਵਿੱਚ ਹੋ ਕਿ ਦਿੱਲੀ ਦੀ ਜਨਤਾ ਨੇ ਵੋਟਾਂ ਤੁਹਾਨੂੰ ਪਾਈਆ, ਤੁਸੀਂ ਆਪਣਾ ਪਿੱਠੂ ਉੱਥੇ ਮਨੀਸ਼ ਸਿਸੋਦੀਆ ਨੂੰ ਬਣਾ ਕੇ ਦੂਜੇ ਸੂਬਿਆਂ ਵਿੱਚ ਤੁਰਦੇ ਫਿਰਦੇ ਹੋ, ਕਿਸੇ ਗਲਤ ਫਹਿਮੀ 'ਚ ਨਾ ਰਹੋ, ਨਾ ਪੰਜਾਬ ਦੀ ਜਨਤਾ ਤੁਹਾਨੂੰ ਮੁੱਖ ਮੰਤਰੀ ਬਣਨ ਮੂੰਹ ਲਾਊਗੀ, ਨਾ ਹੀ ਜਿਹੜਾ ਤੁਹਾਡਾ ਸੰਜੇ ਸਿੰਘ ਪਿੱਠੂ ਜਿਹਨੂੰ ਤੁਸੀਂ ਉਪ ਮੰਤਰੀ ਬਣਾਉਣਾ ਚਾਹੁੰਦੇ ਹੋ, ਇਹ ਲੋਕੀ ਗੁੰਮਰਾਹ ਨਹੀਂ ਹੋਣ ਲੱਗੇ। ਜੇ ਦਮ ਹੈ ਤਾਂ ਐਲਾਨ ਕਰੋ ਕਿਹੜਾ ਮੁੱਖ ਮੰਤਰੀ ਬਣੂਗਾ, ਐਲਾਨ ਕਰੋ ਕਿਹਨੂੰ ਤੁਸੀਂ ਡਿਪਟੀ CM ਬਣਾਓਗੇ, ਤਾਂ ਮੈਦਾਨ 'ਚ ਆਓ, ਲੋਕਾਂ ਨੂੰ ਭੜਕਾ ਕੇ ਗੁੰਮਰਾਹ ਕਰਕੇ ਨਾ ਆਓ। ਕਦੇ ਵਿਰੋਧੀ ਸਾਡੇ ਉੱਤੇ ਗੁਰੂ ਸਾਹਿਬ ਦੇ ਜਿਹੜੀ ਗੱਲਾਂ ਬਾਰੇ ਕਰਦੇ ਨੇ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, ਇਹ ਕਾਂਗਰਸ ਦਾ ਇਤਿਹਾਸ ਕੀ ਹੈ? ਟੈਂਕਾਂ ਤੋਪਾਂ ਦੇ ਨਾਲ ਦਰਬਾਰ ਸਾਹਿਬ 'ਚ ਹਮਲੇ ਕਿਹਨੇ ਕੀਤੇ ਸੀ? ਸਿੱਖਾਂ ਦੇ ਕਤਲੇਆਮ ਕਿਹਨੇ ਕਰਾਏ ਸੀ? ਸਰਬੱਤ ਖਾਲਸਾ ਦੀ ਸਟੇਜਾਂ ਕਿਹਨੇ ਸਜਾਈਆਂ ਸੀਗੀਆਂ, ਤੇ ਬਰਾਬਰ ਦੇ ਜਥੇਦਾਰ ਕਿੰਨੇ ਥਾਪੇ ਸੀ ਸਾਡੀ ਅਕਾਲ ਤਖ਼ਤ ਸਾਹਿਬ ਨੂੰ ਕਮਜ਼ੋਰ ਕਰਨ ਵਾਸਤੇ? ਮੈਂ ਪੁੱਛਣਾ ਚਾਹੁੰਦੀ ਹਾਂ ਕੇਜਰੀਵਾਲ ਸਾਹਿਬ ਤੋਂ,
ਤੇ ਕੇਜਰੀਵਾਲ ਸਾਹਿਬ ਸਾਡੇ ਪਾਵਨ ਦਰਬਾਰ ਸਾਹਿਬ ਦੇ ਸਰੂਪ ਦੇ ਉੱਤੇ ਜਿਹੜੀ ਝਾੜੂ ਦੀ ਫੋਟੋ ਤੁਸੀਂ ਛਾਪੀ ਸੀ ਇਹ ਸਾਡੇ ਧਾਰਮਿਕ ਭਾਵਨਾ ਨੂੰ ਭੜਕਾਉਣ ਵਾਸਤੇ ਨਹੀਂ ਸੀ ਤਾਂ ਕੀ ਸੀ? ਜਿਹੜੇ ਸਾਡੇ ਸੀਸਗੰਜ ਸਾਹਿਬ ਦੇ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਓ ਨੂੰ ਢਾਹਣ ਦਾ ਬੁਲਡੋਜ਼ਰ ਚਲਾਉਣ ਦਾ ਕੰਮ ਤੁਸੀਂ ਕੀਤਾ ਸੀ, ਇਹ ਆਰਡਰ ਤੁਸੀਂ ਪਾਸ ਕੀਤੇ ਸੀ, ਤੇ ਜਿਹੜੇ ਤੁਹਾਡੇ ਨਰੇਸ਼ ਯਾਦਵ ਨੇ ਦਿੱਲੀ 'ਚ ਕਰੋੜਾਂ ਰੁਪਏ ਦੇ ਕੇ ਪੰਜਾਬ ਵਿੱਚ ਕੁਰਾਨ ਸ਼ਰੀਫ ਵਿੱਚ ਮਲੇਰਕੋਟਲਾ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਵਾਸਤੇ ਮਾਹੌਲ ਖਰਾਬ ਕਰਨ ਵਾਸਤੇ ਤੁਸੀਂ ਕਰੋੜਾਂ ਰੁਪਏ ਦੇ ਸਕਦੇ ਹੋ, ਤੇ ਕੀ ਤੁਸੀਂ ਬੇਅਦਬੀ ਸਾਡੇ ਧੰਨ ਧੰਨ ਗੁਰੂ ਸਾਹਿਬ ਦੀ ਨਹੀਂ ਕਰਾ ਸਕਦੇ? ਮੈਂ ਪੁੱਛਣਾ ਚਾਹੁੰਦੀ ਹਾਂ ਕੇਜਰੀਵਾਲ ਸਾਹਿਬ ਨੂੰ, ਜਦੋਂ ਤੋਂ ਇਹ ਪਾਰਟੀ ਸਾਡੇ ਪੰਜਾਬ ਵਿੱਚ 2014 ਵਿੱਚ ਆਈ ਹੈ, ਇਹਨਾਂ ਨੇ ਪੈਰ ਪਸਾਰੇ ਨੇ ਪੰਜਾਬ 'ਚ, ਇਹੋ ਜਿਹੀ ਹਰਕਤਾਂ ਸਾਡੇ ਪੰਜਾਬ 'ਚ ਹੋਈਆਂ ਜਿਹੜਾ ਕੋਈ ਪੰਜਾਬੀ ਨਹੀਂ ਕਰ ਸਕਦਾ। ਵੀਰੋ ਮੈਂ ਬੇਨਤੀ ਕਰਦੀ ਹਾਂ ਤੁਹਾਨੂੰ ਤੋਂ ਇਹਨਾਂ ਤੋਂ ਸੁਚੇਤ ਰਹੋ, ਕਹਿਣ ਵਾਸਤੇ ਤਾਂ ਮੇਰੇ ਕੋਲ ਬਹੁਤ ਕੁਛ ਹੈ। ਕਦੇ ਸਾਨੂੰ ਨਸ਼ੇੜੀ ਕਹਿ ਕੇ ਸਾਰੀ ਨੌਜਵਾਨ ਪੀੜ੍ਹੀ ਨੂੰ ਆ ਰਾਹੁਲ ਗਾਂਧੀ ਪਤਾ ਨਹੀਂ ਕਿਹੜੇ ਨਸ਼ਾ ਕਰਦਾ ਹੋਊਗਾ ਕਿ ਸਾਡੇ ਪੰਜਾਬ ਦੇ ਨੌਜਵਾਨ ਇਹਨੂੰ 70% ਨਸ਼ੇੜੀ ਲੱਗਦੇ ਨੇ। ਹਕੀਕਤ ਤਾਂ ਤੁਹਾਡੇ ਸਾਹਮਣੇ ਆ ਗਈ, ਪੁਲਿਸ ਦੀ ਭਰਤੀਆਂ ਵਿੱਚ 4 ਲੱਖ ਨੌਜਵਾਨਾਂ ਦਾ ਇਹਨਾਂ ਦਾ ਟੈਸਟ ਕੀਤਾ ਗਿਆ, 25% ਨੌਜਵਾਨ ਵੀ ਨਸ਼ੇੜੀ ਨਹੀਂ ਪਾਏ ਗਏ। ਆਰਮੀ ਦੀ ਰਿਕਰੂਟਮੈਂਟ ਹੋਈ 10,000 ਨੌਜਵਾਨਾਂ ਦੀ, ਕਦੇ ਆਰਮੀ ਨਸ਼ਾ ਦੇ ਟੈਸਟ ਨਹੀਂ ਕਰਦੀ, ਲੇਕਿਨ ਇਹਨਾਂ ਨੇ ਇਹੋ ਜਿਹਾ ਬਦਨਾਮ ਕਰਤਾ ਸਾਡੇ ਨੌਜਵਾਨਾਂ ਨੂੰ ਕਿ ਪਹਿਲੀ ਵਾਰੀ ਆਰਮੀ ਨੇ ਟੈਸਟ ਕੀਤਾ, 10,000 ਵਿੱਚੋਂ ਕੁੱਲ 26 ਨਸ਼ੇ ਦੇ ਪਾਏ ਗਏ, ਤੇ ਇਹ ਕਹਿੰਦੇ ਨੇ 70%। ਮੈਂ ਹੱਥ ਬੰਨ ਕੇ ਇਹਨਾਂ ਨੂੰ ਬੇਨਤੀ ਕਰਦੀ ਹਾਂ, ਛੱਡ ਦੋ ਸਾਡੇ ਪੰਜਾਬ ਨੂੰ, ਲੜਾਈ ਲੜਨੀ ਹੈ ਸਾਡੇ ਖਿਲਾਫ ਲੜੋ, ਬਦਨਾਮ ਕਰਨਾ ਹੈ ਸਾਨੂੰ ਕਰੋ, ਲੇਕਿਨ ਸਾਡੇ ਨੌਜਵਾਨ ਨੂੰ ਕਲੰਕ ਕਰਕੇ ਤੁਸੀਂ ਆਪਣੀ ਸਿਆਸੀ ਲਾ ਲੈਣ ਵਾਸਤੇ ਇੱਥੇ ਇਸ ਹੱਦ ਤੇ ਤਾਂ ਨਾ ਕਰੋ। ਸੋ ਮੈਂ ਮਾਫ਼ੀ ਮੰਗਦੀ ਹਾਂ, ਕਿਉਂਕਿ ਕਹਿਣ ਵਾਸਤੇ ਬਹੁਤ ਸਾਰੀ ਗੱਲਾਂ ਹੈਗੀਆਂ, ਲੇਕਿਨ ਮੈਂ ਪ੍ਰਧਾਨ ਮੰਤਰੀ ਜੀ ਦਾ ਸਮਾਂ ਨਹੀਂ ਲੈਣਾ ਚਾਹਾਂਗੀ, ਤੁਹਾਡੇ ਸਾਰਿਆਂ ਤੋਂ ਮਾਫ਼ੀ ਮੰਗਦੀ ਹਾਂ। ਆਸ ਕਰਦੀ ਹਾਂ ਕਿ ਗੱਜ ਵੱਜ ਕੇ ਤੁਸੀਂ ਦੂਜਿਆਂ ਨੂੰ ਵੀ ਜਾ ਕੇ ਪ੍ਰੇਰੋ, ਆਉਣ ਵਾਲੀ 4 ਤਰੀਕ ਨੂੰ ਇਹੋ ਜਿਹੀ ਤਾਲਮੇਲ ਦੀ ਸਰਕਾਰ ਲੈ ਕੇ ਆਓ ਜਿੱਥੇ 10 ਸਾਲ ਕਾਂਗਰਸ ਦੇ ਸਰਦਾਰ ਮਨਮੋਹਨ ਸਿੰਘ ਨੇ ਕੱਖ ਨਹੀਂ ਦਿੱਤਾ, 2 ਸਾਲ ਹੋਏ ਨੇ ਮੋਦੀ ਸਾਹਿਬ ਦੀ ਸਰਕਾਰ ਆਈ ਹੈ, IIM ਦਾ ਇੰਸਟੀਟਿਊਟ, ਮੈਨੇਜਮੈਂਟ ਦਾ ਇੰਸਟੀਟਿਊਟ ਮਾਝੇ ਵਿੱਚ, ਏਮਸ ਵਰਗਾ ਵੱਡਾ ਹਸਪਤਾਲ ਸਾਡੇ ਮਾਲਵੇ ਵਿੱਚ, 3 ਸਮਾਰਟ ਸਿਟੀਆਂ ਦਿੱਤੀਆਂ ਨੇ, ਹਾਰਟੀਕਲਚਰ ਦਾ ਇੰਸਟੀਟਿਊਟ ਦਿੱਤਾ, ਹੈਰੀਟੇਜ ਸਿਟੀ ਦਾ ਦਰਜਾ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ, 30-40 ਹਜ਼ਾਰ ਕਰੋੜਾਂ ਦੀ ਜਿਹੋ ਜੀ 4 ਤੇ 6 ਲੇਨਾਂ ਦੀ ਸੜਕਾਂ ਬਣ ਰਹੀਆਂ ਨੇ, ਤੇ 20,000 ਕਰੋੜਾਂ ਦੇ ਨਾਲ ਸਾਡੇ ਖਾਲ ਪੱਕੇ ਹੋ ਰਹੇ ਨੇ, ਅਜੇ ਤਾਂ ਹਵਾਈ ਅੱਡੇ ਤੇ ਹਵਾਈ ਜਹਾਜ਼ ਤੇ ਸ਼ਤਾਬਦੀਆਂ ਆਉਣੀਆਂ ਸ਼ੁਰੂ ਹੋਈਆਂ ਨੇ, ਪਰਾਲੀ ਤੋਂ ਤੇਲ ਕੱਢਣ ਵਾਲੀ ਫੈਕਟਰੀਆਂ ਆਉਣੀਆਂ ਸ਼ੁਰੂ ਹੋਈਆਂ ਨੇ, ਮੈਗਾ ਫੂਡ ਪਾਰਕ ਇਹਨਾਂ ਨੇ ਲਗਾਉਣੇ ਸ਼ੁਰੂ ਕੀਤੇ ਨੇ, ਅਜੇ ਤਾਂ 2 ਸਾਲ ਹੋਏ ਨੇ, ਅਜੇ 3 ਹੋਰ ਪੜੇ ਨੇ। ਮੈਂ ਆਸ ਕਰਦੀ ਹਾਂ ਤੁਸੀਂ ਉਹੋ ਜਿਹੀ ਤਾਲਮੇਲ ਦੀ ਸਰਕਾਰ ਲੈ ਕੇ ਆਓਗੇ ਜਿਸ ਸਰਕਾਰ ਦੇ ਆਉਣ ਦੇ ਨਾਲ ਸੂਬੇ ਦੀ ਤਰੱਕੀ ਵਧੇ, ਸੂਬੇ ਦਾ ਵਿਕਾਸ ਵਧੇ, ਗਰੀਬਾਂ ਦੇ ਮਕਾਨ ਬਣਨ ਤੇ ਨੌਜਵਾਨਾਂ ਦੇ ਰੋਜ਼ਗਾਰ ਦਾ ਸਾਧਨ ਹੋਏ ਤੇ ਕਿਸਾਨਾਂ ਦੀ ਆਮਦਨ ਵਧੇ। ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਸ਼ੁਕਰਾਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੜੇ ਆਦਰ ਤੇ ਮਾਨ ਦੇ ਸਤਿਕਾਰ ਬੇਨਤੀ ਕਰੂੰਗਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਾਹਿਬ ਔਰ ਸ੍ਰੀ ਵਿਜੇ ਸਾਂਪਲਾ ਜੀ ਨੂੰ ਕਿ ਉਹ ਆ ਕੇ 2 ਮਿੰਟ ਲਈ ਜਿਹੜਾ ਸੰਗਤਾਂ ਦੇ ਦਰਸ਼ਨ ਕਰਨਗੇ। ਵਿਜੇ ਸਾਂਪਲਾ ਜੀ, ਮੈਂ ਸਟੇਜ ਵੱਲੋਂ ਧੰਨਵਾਦੀ ਹਾਂ ਅਵਿਨਾਸ਼ ਰਾਏ ਖੰਨਾ ਜੀ ਦਾ, ਬੀਬੀ ਗੁਰਚਰਨ ਕੌਰ ਜੀ, ਪੰਜ ਗ੍ਰਾਈ ਜੀ ਦਾ ਔਰ ਸਾਡੇ ਕੈਬਨਿਟ ਮੰਤਰੀ ਜਸਦਾਰ ਤੋਤਾ ਸਿੰਘ ਜੀ ਦਾ, ਹੁਣ ਵਿਜੇ ਕੁਮਾਰ ਸਾਂਪਲਾ ਜੀ। ਬਹੁਤ ਹੀ ਸਤਿਕਾਰਯੋਗ, ਦੇਸ਼ ਦੇ 125 ਕਰੋੜ ਲੋਕਾਂ ਦੀ ਦਿਲਾਂ ਦੀ ਧੜਕਣ ਔਰ ਉਹਨਾਂ ਸਾਰੇ ਦੇਸ਼ ਦੇ ਵਾਸੀਆਂ ਦੇ ਪ੍ਰੇਰਣਾ ਸਰੋਤ, ਐਸੇ ਸਾਡੇ ਦੇਸ਼ ਦਾ ਸਵਿਮਾਨ ਬਣਾਉਣ ਵਾਲੇ ਮਾਨਯੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਦਰਵੇਸ਼ ਸਿਆਸਤਦਾਨ
ਔਰ ਪੰਜਾਬ ਬੁਲੰਦੀਆਂ 'ਤੇ ਦੇਖਣ ਦਾ ਜਿਨ੍ਹਾਂ ਨੇ ਸੁਪਨਾ ਲਿਆ ਔਰ ਆਪਣੀ ਬੁਲੰਦੀਆਂ 'ਤੇ ਪਹੁੰਚਾਉਣ 'ਚ ਬਹੁਤ ਵੱਡਾ ਯੋਗਦਾਨ ਪਾਇਆ। ਐਸੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਸ਼੍ਰੀ ਅਵਿਨਾਸ਼ ਰਾਏ ਖੰਨਾ ਜੀ, ਵਾਈਸ ਪ੍ਰੈਜੀਡੈਂਟ ਨੈਸ਼ਨਲ ਬੀਜੇਪੀ, ਔਰ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਸੁਨੀਤਾ ਗਰਗ ਜੀ, ਬੀਬੀ ਗੁਰਚਰਨ ਕੌਰ ਜੀ, ਮੰਚ 'ਤੇ ਬੈਠੇ ਜਿਹੜੇ ਸਾਰੇ ਹੀ ਜਥੇਦਾਰ ਤੋਤਾ ਸਿੰਘ, ਜਿਹੜੇ ਉਮੀਦਵਾਰ ਜਥੇਦਾਰ ਤੋਤਾ ਸਿੰਘ ਜੀ, ਮਨਤਾਰ ਸਿੰਘ ਜੀ, ਸਰੂਪ ਚੰਦ ਸਿੰਗਲਾ ਜੀ, ਐੱਸ ਆਰ ਕਲੇਰ ਜੀ, ਹਰਦੀਪ ਸਿੰਘ MLA, ਵਰਦੇਵ ਸਿੰਘ ਜੀ ਨੋਨੀ ਜੀ, ਤੀਰਥ ਸਿੰਘ ਜੀ ਮਾਲਾ ਜੀ, ਬਰਜਿੰਦਰ ਸਿੰਘ ਬਰਾੜ ਜੀ, ਬੰਟੀ ਜੀ, ਸੂਬਾ ਸਿੰਘ ਜੀ, ਕੰਵਲਜੀਤ ਸਿੰਘ ਜੀ, ਰੋਜੀ ਜੀ, ਔਰ ਸਾਹਮਣੇ ਬੈਠੇ ਸਾਰੇ ਹੀ ਬਹੁਤ ਹੀ ਸਤਿਕਾਰਯੋਗ ਭੈਣੋ ਅਤੇ ਭਰਾਓ, ਮੈਂ ਸਾਰਿਆਂ ਤੋਂ ਪਹਿਲਾਂ ਇਸੇ ਹੀ ਧਰਤੀ ਦੇ ਜੰਮੇ ਪਲੇ ਦਰਵੇਸ਼ ਸ਼ਹੀਦ ਗੁਰਬਚਨ ਸਿੰਘ ਪਤੰਗਾ ਜੀ ਨੂੰ ਆਪਣੀ ਸ਼ਰਧਾ ਸੁਮਨ ਭੇਟ ਕਰਦਾ, ਜਿਨ੍ਹਾਂ ਨੇ ਅੱਜ ਉਹਨਾਂ ਦੀ ਬਰਸੀ ਵੀ ਹੈ ਔਰ ਉਹਨਾਂ ਨੇ ਆਪਣੀ ਸ਼ਹਾਦਤ ਆਤੰਕਵਾਦ ਦੇ ਦੌਰ ਦੇ ਵਿੱਚ ਇੱਥੇ ਦਿੱਤੀ। ਮੈਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾ ਸੁਮਨ ਭੇਟ ਕਰਦਾ। ਔਰ ਸਾਥੀਓ, ਅੱਜ ਅਸੀਂ ਚੁਣਾਵ ਦੇ ਦੌਰ ਦੇ ਵਿੱਚ ਗੁਜ਼ਰ ਰਹੇ ਹਾਂ ਔਰ ਜਦੋਂ ਚੁਣਾਵ ਦੇ ਦੌਰ ਦੇ ਵਿੱਚ ਹੁੰਦਾ ਤਾਂ ਇੱਕ ਇਤਿਹਾਸ ਨੂੰ ਬਦਲਣਾ ਹੁੰਦਾ, ਆਪਣੀ ਤਕਦੀਰ ਨੂੰ ਲਿਖਣਾ ਹੁੰਦਾ ਔਰ ਉਸ ਵੇਲੇ ਤੈਅ ਕਰਨਾ ਹੁੰਦਾ ਹੈ ਕਿ ਅਸੀਂ ਕਿੱਥੇ ਜਾਈਏ, ਕਿਸ ਪਾਸੇ ਔਰ ਕਿਹੜਾ ਵਿਅਕਤੀ ਸਾਡੇ ਦੇਸ਼, ਪ੍ਰਦੇਸ਼, ਸੂਬੇ ਨੂੰ ਅੱਗੇ ਲਿਜਾ ਸਕਦਾ ਹੈ, ਇਹਦਾ ਫੈਸਲਾ ਅਸੀਂ ਕਰਨਾ ਹੁੰਦਾ। ਔਰ ਜੇ ਇਹ ਫੈਸਲਾ ਸਾਡੇ ਸਾਹਮਣੇ ਕਰਨਾ ਹੋਵੇ ਤਾਂ ਸਾਡੇ ਸਾਹਮਣੇ ਬੜਾ ਸੌਖਾ ਔਰ ਸਿੱਧਾ ਕਿ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਨੇਤ੍ਰਿਤਵ, ਜਿਨ੍ਹਾਂ ਨੇ ਹਮੇਸ਼ਾ ਸਾਨੂੰ ਅੱਗੇ ਵੱਲ ਵਧਾਇਆ ਔਰ ਜਦੋਂ ਜਦੋਂ ਵੀ ਉਹ ਆਇਆ ਔਰ ਉਸ ਵੇਲੇ ਹੀ ਵਿਕਾਸ ਦੀ ਲਹਿਰ ਜਿਹੜੀ ਸ਼ੁਰੂ ਹੋਈ ਹੈ। ਔਰ ਨਾਲ ਨਾਲ ਇਹ ਵੀ ਅਸੀਂ ਦੇਖਣਾ ਹੁੰਦਾ ਕਿ ਜਿਸ ਪਾਰਟੀ ਨੂੰ ਅਸੀਂ ਵੋਟ ਦੇਣ ਜਾ ਰਹੇ ਹਾਂ, ਜਿਸ ਪਾਰਟੀ ਨੂੰ ਆਪਣਾ ਪੂਰੇ ਪ੍ਰਦੇਸ਼ ਦੀ ਔਰ ਦੇਸ਼ ਦੀ ਆਪਣੀ ਨੁਹਾਰ ਸੰਭਾਲਣ ਦੇ ਲਈ ਅਸੀਂ ਅੱਗੇ ਵਧਾ ਰਹੇ ਹਾਂ, ਉਹਨਾਂ ਦਾ ਇਤਿਹਾਸ, ਉਹਨਾਂ ਦਾ ਕਿਰਦਾਰ ਵੀ ਦੇਖਣਾ ਹੁੰਦਾ। ਅੱਜ ਕਿਸੇ ਵੀ ਪਾਰਟੀ ਦੇ ਕੋਲ ਕੋਈ ਵੀ ਐਸਾ ਆਈਡੀਅਲ ਆਦਰਸ਼ ਨੇਤਾ ਕਿਸੇ ਕੋਲ ਨਹੀਂ ਹੋਵੇ, ਕਿਸੇ ਕੋਲ ਨਹੀਂ ਹੈ ਜਿਹਨੂੰ ਅਸੀਂ ਆਪਣੇ ਬੱਚਿਆਂ ਦੇ ਵਿੱਚ ਸਾਹਮਣੇ ਖੜਾ ਕਰਕੇ ਆਪਣੇ ਬੱਚਿਆਂ ਨੂੰ ਕਹੀਏ ਕਿ ਇਸ ਤਰ੍ਹਾਂ ਦਾ ਨੇਤਾ ਬਣਨਾ। ਐਸਾ ਕੋਈ ਨਹੀਂ ਹੈ। ਕਿਸੇ ਵੀ ਬੱਚੇ ਨੂੰ ਅਸੀਂ ਇਸ ਆਪਣੇ ਦਿਲ ਦੀਆਂ ਗਹਿਰਾਂ ਤੋਂ ਇਹ ਨਹੀਂ ਕਹਿ ਸਕਦੇ ਕਿ ਤੂੰ ਵੱਡਾ ਹੋ ਕੇ ਇਸ ਨੇਤਾ ਨੂੰ ਫਾਲੋ ਕਰੀ, ਪਰ ਜੇ ਅਸੀਂ ਅਗਰ ਦੇਖੀਏ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵੱਲ ਅਤੇ ਅਸੀਂ ਉਹਨਾਂ ਦੀਆਂ ਕਾਰਗੁਜ਼ਾਰੀਆਂ ਵੱਲ ਦੇਖ ਕੇ ਇਹ ਕਹਿ ਸਕਦੇ ਹਾਂ ਆਪਣੇ ਬੱਚਿਆਂ ਨੂੰ ਵੀ ਕਿ ਅੱਗੇ ਵੱਡਾ ਹੋ ਕੇ ਤੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵਰਗਾ ਬਣੀ, ਵੱਡਾ ਹੋ ਕੇ ਤੂੰ ਸਰਦਾਰ ਦੀ ਇਹਨਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋ, ਇਹਨਾਂ ਦੀ ਇਹਨਾਂ ਨੂੰ ਫਾਲੋ ਕਰਦਾ ਹੋਇਆ ਅੱਗੇ ਵਧੀ। ਔਰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਵੱਡਾ ਹੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਮਜ਼ਬੂਤ ਔਰ ਇਰਾਦੇ ਦੇ ਮਜ਼ਬੂਤ ਇਰਾਦਿਆਂ ਵਾਲਾ ਬਣ ਕੇ, ਚਾਹੇ ਕਿਸੇ ਤਰ੍ਹਾਂ ਦੇ ਵੀ ਹਾਲਾਤ ਹੋਣ, ਕਦੇ ਵੀ ਚੁੱਕਣ ਵਾਲਾ ਨਾ ਬਣੀ ਔਰ ਮਜ਼ਬੂਤ ਕਰਕੇ ਆਪਣੇ ਇਰਾਦਿਆਂ ਨੂੰ ਮਜ਼ਬੂਤ ਕਰਕੇ ਅੱਗੇ ਵੱਧਦਾ ਹੋਇਆ ਦੇਸ਼ ਔਰ ਪ੍ਰਦੇਸ਼ ਦੇ ਵਾਸਤੇ ਕਰੀ, ਇਹ ਅਸੀਂ ਆਪਣੇ ਬੱਚਿਆਂ ਨੂੰ ਪ੍ਰੇਰਣਾ ਦੇ ਸਕਦੇ ਹਾਂ। ਸੋ ਜੇ ਅਸੀਂ ਸਾਡੀ ਨੇਤ੍ਰਿਤਵ ਐਸਾ ਹੋਏਗਾ, ਆਦਰਸ਼ ਨੇਤ੍ਰਿਤਵ ਹੋਏਗਾ ਅਤੇ ਆਦਰਸ਼ ਸੋਚ ਹੋਏਗੀ, ਆਦਰਸ਼ ਸੋਚ ਹੋਏਗੀ ਅਤੇ ਤਾਂ ਹੀ ਦੇਸ਼ ਔਰ ਪ੍ਰਦੇਸ਼ ਆਦਰਸ਼ ਹੋ ਸਕਦਾ ਹੈ। ਸੋ ਅਸੀਂ, ਕਿਉਂਕਿ ਮੈਨੂੰ ਹੁਕਮ ਹੋਇਆ ਸੀ ਕਿ ਬਹੁਤ ਲੰਬਾ ਨਹੀਂ ਬੋਲਣਾ, ਦਿਲ ਦੇ ਵਿੱਚ ਬਹੁਤ ਬਵਾਲ ਹੁੰਦੇ ਨੇ, ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਹੁੰਦੀਆਂ ਨੇ, ਪਰ ਅਸੀਂ ਇਹ ਵੀ ਨਾਲ ਜਾਣਦੇ ਹਾਂ ਕਿ ਜੇ ਅਸੀਂ ਵਿਕਾਸ ਦੀ ਗੱਲ ਕੀਤੀ ਹੈ
ਤੇ ਦੂਸਰੇ ਪਾਸੇ ਉਹਨਾਂ ਨੇ ਵਿਨਾਸ਼ ਦੀ ਗੱਲ ਕੀਤੀ ਹੈ। ਚਾਹੇ ਅਸੀਂ ਦਿੱਲੀ ਨੂੰ ਦੇਖ ਲਈਏ ਤੇ ਚਾਹੇ ਪੰਜਾਬ ਦੇ ਵਿੱਚ ਜਦੋਂ ਕੈਪਟਨ ਦੀ ਸਰਕਾਰ ਸੀ, ਜਿਹੜਾ ਤੁਹਾਨੂੰ ਸਾਨੂੰ ਤਾਂ ਕੀ ਆਪਣੇ ਵਜ਼ੀਰਾਂ ਨੂੰ ਨਹੀਂ ਸੀ ਮਿਲਦਾ, ਔਰ ਬਾਕੀ ਜਦੋਂ ਤੁਹਾਨੂੰ ਕੋਈ ਮਿਲੇਗਾ ਨਹੀਂ, ਤੁਹਾਨੂੰ ਤੁਹਾਡੇ ਦੁੱਖ ਦਰਦ ਨੂੰ ਸਮਝੇਗਾ ਨਹੀਂ ਤੇ ਉਹਦਾ ਸਮਾਧਾਨ ਨਹੀਂ ਕੋਈ ਕਰ ਸਕਦਾ। ਔਰ ਦੂਜੇ ਪਾਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤੁਹਾਡੇ ਵਿੱਚ ਆਉਂਦੇ ਨੇ, ਤੁਹਾਡੇ ਵਿੱਚ ਬੈਠਦੇ ਨੇ, ਤੁਹਾਡੀਆਂ ਗੱਲਾਂ ਸੁਣਦੇ ਨੇ, ਤੁਹਾਡੇ ਦੁੱਖ ਦਰਦ ਸੁਣ ਕੇ ਉਸੇ ਵੇਲੇ ਸੰਗਤ ਦਰਸ਼ਨ ਦੇ ਕਰਕੇ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ ਕਰਦੇ ਨੇ। ਔਰ ਕੇਂਦਰ ਦੇ ਵਿੱਚ ਵੀ ਜਿੱਥੇ ਅਸੀਂ ਦੇਖਦੇ ਹਾਂ ਕਿ ਮਾਨਯ ਨਰਿੰਦਰ ਮੋਦੀ ਜੀ ਨੇ ਜਿੱਥੇ ਸਾਡੇ ਲਈ, ਚਾਹੇ ਉਹ ਦੇਸ਼ ਔਰ ਪ੍ਰਦੇਸ਼ ਸਾਡੇ ਦੇਸ਼ ਦਾ ਸਨਮਾਨ ਦੀ ਗੱਲ ਹੋਵੇ, ਅੱਜ ਜਿਹੜੀ ਅਸੀਂ ਉਹਦੇ 'ਤੇ ਸਰਜੀਕਲ ਸਟ੍ਰਾਈਕ ਦੇ ਉੱਤੇ ਗੈਰ ਵਿਸ਼ੇਸ਼ ਤੌਰ 'ਤੇ ਉਹ ਦੱਸਣਗੇ, ਪਰ ਮੈਂ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਇੱਕ ਜਿਹੜਾ ਇੱਕ ਅਕਸ਼ ਉੱਭਰ ਕੇ ਦੇਸ਼ ਦਾ ਆਇਆ, ਕਿਉਂਕਿ ਮੈਂ ਵਿਦੇਸ਼ਾਂ ਦੇ ਵਿੱਚ ਬਹੁਤ ਚਿਰ ਕੰਮ ਕੀਤਾ, ਤੁਸੀਂ ਸਾਰੇ ਜਾਣਦੇ ਹੋ। ਪਰ ਮੈਂ ਵੀ ਜਦੋਂ ਮੈਨੂੰ ਕੋਈ ਵਿਦੇਸ਼ ਦੇ ਵਿੱਚ ਇਹ ਪੁੱਛਦਾ ਸੀ ਕਿ ਤੂੰ ਕਿਹੜੇ ਦੇਸ਼ ਦਾ ਰਹਿਣ ਵਾਲਾ, ਅਸੀਂ ਦੱਸਦੇ ਸੀ ਕਿ ਮੈਂ ਭਾਰਤੀ ਹਾਂ, ਪਰ ਦੱਸਦੇ ਜ਼ਰੂਰ ਸੀ, ਪਰ ਕਿਤੇ ਨਾ ਕਿਤੇ ਮਨ 'ਚ ਸੰਕੋਚ ਰਹਿੰਦਾ ਸੀ ਕਿ ਇਸ ਦਾ ਕਿਤੇ ਹੋਰ ਪਾਸੇ ਉਹ ਸਾਨੂੰ ਸਹੀ ਨਿਗਾਹ ਨਾਲ ਨਾ ਦੇਖਦੇ। ਔਰ ਅੱਜ ਜਦੋਂ ਕਿਤੇ ਵੀ ਦੁਨੀਆ ਦੇ ਵਿੱਚ ਕਿਤੇ ਵੀ ਭਾਰਤੀ ਬੈਠਾ, ਉਹ ਮਾਣ ਨਾਲ ਕਹਿੰਦਾ ਕਿ ਮੈਂ ਭਾਰਤੀ ਹਾਂ, ਛਾਤੀ ਚੌੜੀ ਕਰਕੇ ਕਹਿੰਦਾ। ਉਹ ਇਕੱਲਾ ਸਿਰਫ ਇਹ ਨਹੀਂ ਕਹਿੰਦਾ ਕਿ ਮੈਂ ਭਾਰਤੀ ਹਾਂ, ਉਹ ਕਹਿੰਦਾ ਮੈਂ ਉਹ ਭਾਰਤੀ ਹਾਂ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੈ। ਇਹ ਇੱਕ ਮਾਣ ਦੀ ਗੱਲ ਹੈ ਸਾਨੂੰ, ਔਰ ਐਸੇ ਮਾਣ ਉਹਨਾਂ ਦਾ ਸਾਨੂੰ ਮਾਰਗਦਰਸ਼ਨ ਨਾਲ ਮਿਲਣਾ। ਔਰ ਇਸ ਕਰਕੇ ਮੈਂ ਜ਼ਿਆਦਾ ਸਮਾਂ ਨਾ ਲੈ ਕੇ ਜਿੱਥੇ ਵਿਕਾਸ ਦੀਆਂ ਗਾਥਾਂ ਭੈਣ ਬੀਬਾ ਹਰਸਿਮਰਤ ਕੌਰ ਜੀ ਤੁਹਾਡੇ ਕੋਲ ਬੜਾ ਲੰਬਾ ਡਿਟੇਲ ਦੱਸੇ, ਔਰ ਜਿਹੜੀ ਪ੍ਰਦੇਸ਼ ਔਰ ਦੇਸ਼ ਦੀ ਸਾਡਾ ਨੇਤਰਤਵ ਤੁਹਾਨੂੰ ਉਸ ਸੂਬੇ ਦੇ ਵਿੱਚ ਜਿਹੜੀ ਸਾਡੇ ਵਿਕਾਸ ਦੀ ਅਸੀਂ ਲਹਿਰ ਚਲਾਈ ਉਹ ਕੀਤੀ, ਮੈਂ ਤਾਂ ਦਿਲ ਦੀਆਂ ਗਹਿਰਾਈਆਂ ਤੋਂ ਮਾਨਯ ਪ੍ਰਧਾਨ ਮੰਤਰੀ ਜੀ ਦਾ ਧੰਨਵਾਦੀ ਹਾਂ ਕਿ ਇਹ ਪਹਿਲੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਪਾਣੀ ਦੀ ਗੱਲ ਕੀਤੀ ਹੈ, ਔਰ ਪੰਜਾਬ ਦੇ ਕਿਸਾਨ ਨੂੰ ਜਿਹੜੀ ਪਾਣੀ ਦੀ ਜ਼ਰੂਰਤ ਹੈ, ਔਰ ਉਹ ਪਾਣੀ ਜਿਹੜਾ ਸਿੰਧੂ ਨਦੀ ਦਾ ਪਾਣੀ ਰੋਕ ਕੇ ਜਿਹੜੇ ਪੰਜਾਬ ਦੇ ਕਿਸਾਨਾਂ ਨੂੰ ਦਿੱਤਾ ਜਾਵੇ, ਇਹ ਜ਼ਰੂਰਤ ਕੀਤੀ ਹੈ। ਇਸ ਕਰਕੇ ਮੈਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ, ਔਰ ਆਸ ਕਰਦਾ ਤੁਹਾਡੇ ਸਾਰਿਆਂ ਤੋਂ ਜੇ ਸਾਡੀ ਇਸ ਨੇਤਰਤਵ ਨੇ ਤੁਹਾਡੇ ਲਈ ਇੱਕ ਕੰਮ ਕੀਤੇ ਹੈ, ਆਦਰਸ਼ ਸੋਚ ਸੋਚ ਕੇ ਆਦਰਸ਼ ਦੇ ਆਧਾਰ ਦੇ ਉੱਤੇ ਹੀ ਤੁਹਾਡੇ ਵਿਕਾਸ, ਹਰ ਗਰੀਬ ਅਮੀਰ ਔਰ ਹਰ ਦਲਿਤ ਕਿਸਾਨ ਮਜ਼ਦੂਰ ਦੀ ਗੱਲ ਕੀਤੀ ਹੈ, ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਦਿਲ ਜਿਹੜਾ ਉਸੇ ਤਰ੍ਹਾਂ ਦਾ ਹੀ ਰਿਸਪੋਂਸ ਦੇ ਕੇ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਨਿੱਤਰ ਕੇ ਅਸੀਂ ਆਪਣੇ ਆਦਰਸ਼ ਨੇਤਾਵਾਂ ਨੂੰ ਅੱਗੇ ਵਧਾਈਏ। ਔਰ ਤੀਸਰੀ ਵਾਰ ਲਗਾਤਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਅਸੀਂ ਆਪਣਾ ਮੁੱਖ ਮੰਤਰੀ ਬਣਾ ਕੇ ਜਿੱਥੇ ਅਸੀਂ ਲਗਾਤਾਰ ਇਤਿਹਾਸ ਰਚਾਂਗੇ, ਹੈਟ੍ਰਿਕ ਬਣਾਵਾਂਗੇ, ਔਰ ਇਸ ਹੈਟ੍ਰਿਕ ਦੇ ਨਾਲ ਜਿਹੜਾ ਪੂਰੇ ਦੇਸ਼ ਦੇ ਵਿੱਚ ਵੀ ਮੈਸੇਜ ਜਾਏਗਾ ਕਿ ਅੱਜ ਲੋਕ ਸੋਚ ਰਹੇ ਨੇ ਕਿ ਵਿਕਾਸ ਦੀ ਗੱਲ ਸੋਚ ਰਹੇ ਨੇ। ਪਰ ਨਾਲ ਨਾਲ ਮੈਂ ਇਹ ਵੀ ਬੇਨਤੀ ਕਰਾਂਗਾ, ਤੁਸੀਂ ਦੇਖਿਆ ਸਾਥੀਓ ਕਿ ਜਿੱਥੇ ਜਿੱਥੇ ਵੀ ਪੰਜਾਬੀ ਗਿਆ ਪੂਰੀ ਦੁਨੀਆ ਦੇ ਵਿੱਚ, ਉੱਥੇ ਜਾ ਕੇ ਉਸਨੇ ਆਪਣਾ ਸਿੱਕਾ ਜਮਾਇਆ, ਚਾਹੇ ਉਹ ਕਾਰੋਬਾਰ 'ਚ ਹੈ, ਚਾਹੇ ਉਹ ਖੇਤੀ 'ਚ ਹੈ, ਚਾਹੇ ਉਹ ਟਰਾਂਸਪੋਰਟ 'ਚ ਹੈ, ਔਰ ਚਾਹੇ ਸਿਆਸਤ ਦੇ ਵਿੱਚ ਹੈ, ਸਾਰੇ ਜਾ ਕੇ ਉਹਨੇ ਆਪਣੀ ਪੰਜਾਬ ਦਾ ਇੱਕ ਨਾਂ ਰੌਸ਼ਨ ਕੀਤਾ। ਇੱਥੋਂ ਤੱਕ ਕਿ ਕੈਨੇਡਾ ਦਾ ਜਿਹੜਾ ਰੱਖਿਆ ਮੰਤਰੀ ਵੀ ਹੈ, ਉਹ ਵੀ ਪੰਜਾਬੀ ਹੈ, ਮੈਨੂੰ ਇਸ ਦਾ ਵੀ ਮਾਣ ਹੈ ਕਿ ਉਹ ਹੁਸ਼ਿਆਰਪੁਰ ਤੋਂ ਹੈ। ਜੇ ਮੇਰਾ ਸਿਰਫ ਅਪੀਲ ਇਹ ਹੀ ਹੈ ਕਿ ਜਿੰਨੀ ਜੇ ਅਸੀਂ ਪੰਜਾਬ ਦੇ ਲੋਕ ਵਿਦੇਸ਼ਾਂ 'ਚ ਜਾ ਕੇ ਅਸੀਂ ਉਹਨਾਂ ਦੀ ਰੱਖਿਆ ਕਰ ਸਕਦੇ ਹਾਂ, ਪੰਜਾਬ ਦੇ ਲੋਕ ਕੈਨੇਡਾ ਵਰਗੇ ਮੁਲਕ ਦੇ ਵਿੱਚ ਰੱਖਿਆ ਮੰਤਰੀ ਬਣ ਕੇ ਉਹਨਾਂ ਦੀ ਰੱਖਿਆ ਕਰ ਸਕਦੇ ਆ, ਉਹਨਾਂ ਦੀ ਪੂਰੀ ਦੁਨੀਆ ਦੇ ਵਿੱਚ ਸਿਆਸਤ ਦੇ ਵਿੱਚ ਆਪਣਾ ਸਿੱਕਾ ਜਮਾ ਕੇ ਉਹਨਾਂ ਦੀ ਸੇਵਾ ਕਰ ਸਕਦੇ ਆ, ਅਤੇ ਪੰਜਾਬ 'ਚ ਰਹਿ ਕੇ ਪੰਜਾਬ ਦੇ ਲੋਕ
ਪੰਜਾਬ ਦਾ ਆਪਣਾ ਹੱਕ ਰੱਖਣਾ ਵੀ ਸਮਝਦੇ ਆ। ਇਸ ਕਰਕੇ ਅਸੀਂ ਕਿਸੇ ਵੀ ਆ ਦਿੱਲੀ ਜਾਂ ਹੋਰ ਜਿਹੜੇ ਇੱਧਰੋਂ ਉੱਧਰੋਂ ਆਣ ਕੇ ਸਾਡੇ ਉੱਤੇ ਰਾਜ ਕਰਨ ਦੀ ਕੋਸ਼ਿਸ਼ ਕਰਦੇ ਆ, ਜੇ ਅਸੀਂ ਦੂਸਰਿਆਂ ਤੋਂ ਰੱਖਿਆ ਦੂਸਰਿਆਂ ਦੀ ਰੱਖਿਆ ਕਰ ਸਕਦੇ ਹਾਂ ਤਾਂ ਅਸੀਂ ਆਪਣੀ ਰੱਖਿਆ ਵੀ ਆਪ ਕਰੀਏ। ਇਸ ਅਪੀਲ ਦੇ ਨਾਲ ਕਿ ਅਸੀਂ 4 ਜਿਹੜੀ ਫਰਵਰੀ ਹੈ ਉਸ ਨੂੰ ਅਸੀਂ ਸਾਰੇ ਹੀ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਹੈ ਉੱਥੇ ਕਮਲ ਦੇ ਫੁੱਲ ਦਾ ਬਟਨ ਦਬਾ ਕੇ, ਔਰ ਜਿੱਥੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਹੈ ਉੱਥੇ ਤੱਕੜੀ ਦੇ ਫੁੱਲ ਦਾ ਤੱਕੜੀ ਦਾ ਬਟਨ ਦਬਾ ਕੇ ਅਸੀਂ ਸਾਰੇ ਉਮੀਦਵਾਰਾਂ ਨੂੰ ਜਿਹੜਾ ਜਿਤਾਈਏ ਔਰ ਵੱਡੀ ਗਿਣਤੀ ਦੇ ਵਿੱਚ, ਔਰ ਫਿਰ ਤੀਸਰੀ ਵਾਰ ਸਰਕਾਰ ਬਣਾ ਕੇ ਨਵਾਂ ਰਿਕਾਰਡ ਨਵਾਂ ਕੀਰਤੀਮਾਨ ਸਥਾਪਿਤ ਕਰੀਏ। ਬਹੁਤ ਬਹੁਤ ਧੰਨਵਾਦ। ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਵਿਜੇ ਸਾਂਪਲਾ ਜੀ ਦਾ। ਮੈਂ ਧੰਨਵਾਦ ਕਰਦਾ ਸਾਡੇ ਦੋਨੋਂ ਜ਼ਿਲ੍ਹਾ ਪ੍ਰਧਾਨ ਸਾਹਿਬ ਦਾ, ਸਰਦਾਰ ਮਨਤਾਰ ਸਿੰਘ ਜੀ ਬਰਾੜ ਸਾਹਿਬ ਦਾ, ਔਰ ਬੀਬੀ ਸੁਨੀਤਾ ਗਰਗ ਜੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ। ਹੁਣ ਮੈਂ ਬੇਨਤੀ ਕਰੂੰਗਾ ਬੜੇ ਆਦਰ ਸਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਔਰ ਡਿਪਟੀ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਸੰਬੋਧਨ ਕਰਨਗੇ। ਇੱਕ ਜਕਾਰਾ ਲਾਊਂਗਾ, ਬੋਲੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ। ਬਹੁਤ ਹੀ ਸਤਿਕਾਰਯੋਗ ਸਟੇਜ ਤੇ ਬਿਰਾਜਮਾਨ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਾਂਪਲਾ ਜੀ, ਯੂਨੀਅਨ ਮਿਨਿਸਟਰ ਹਰਸਿਮਰਤ ਜੀ, ਸਮੁੱਚੀ ਅਕਾਲੀ ਦਲ ਬੀਜੇਪੀ ਲੀਡਰਸ਼ਿਪ, ਮਾਲਵੇ ਦੇ ਕੋਨੇ ਕੋਨੇ ਦੁਆਏ ਪਤਵੰਤੇ ਸੱਜਣੋ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 10 ਸਾਲ ਪਹਿਲੇ ਪੰਜਾਬ ਵਿੱਚ ਇੱਕ ਹੰਕਾਰੀ ਰਾਜੇ ਦਾ ਰਾਜ ਸੀ। ਉਸ ਰਾਜੇ ਦੇ ਰਾਜ ਵਿੱਚ ਨਾ ਤੁਹਾਨੂੰ ਕੋਈ ਬਿਜਲੀ ਆਉਂਦੀ ਸੀ, ਨਾ ਗਰੀਬਾਂ ਨੂੰ ਸਸਤਾ ਆਟਾ ਦਾਲ ਮਿਲਦਾ ਸੀ, ਨਾ ਕੋਈ ਸ਼ਹਿਰਾਂ ਵਿੱਚ ਕੋਈ ਸੀਵਰੇਜ ਪੀਣ ਵਾਲੇ ਪਾਣੀ ਦੀ ਸਹੂਲਤ ਸੀ, ਨਾ ਨੌਜਵਾਨਾਂ ਨੂੰ ਨੌਕਰੀਆਂ ਸੀ, ਨਾ ਇੱਥੇ ਕੋਈ ਚੰਗੀਆਂ ਸੜਕਾਂ ਸੀ, ਨਾ ਪੰਜਾਬ ਵਿੱਚ ਕੋਈ ਏਅਰਪੋਰਟ ਬਣੇ, ਇੱਕ ਵੀ ਨਿਸ਼ਾਨੀ। ਉਹ 5 ਸਾਲ ਕਾਂਗਰਸ ਦੇ ਹੰਕਾਰੀ ਰਾਜੇ ਦੀ ਤੁਸੀਂ ਰਾਜ ਦੇ ਦੌਰਾਨ ਯਾਦ ਨਹੀਂ ਰੱਖ ਸਕਦੇ। ਪਿਛਲੇ 10 ਸਾਲਾਂ 'ਚ ਤੁਸੀਂ ਮੁੱਖ ਮੰਤਰੀ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ, ਤੁਹਾਡੇ ਸੁਪਨੇ ਅਸੀਂ ਪੂਰੇ ਕਰਨੇ ਸ਼ੁਰੂ ਕੀਤੇ, ਜੋ ਅਸੀਂ ਕਿਹਾ ਪੂਰਾ ਕਰਨਾ ਸ਼ੁਰੂ ਕੀਤਾ। ਸਭ ਤੋਂ ਪਹਿਲੇ ਵਾਅਦਾ ਬਿਜਲੀ ਆਮ ਕਰ ਦਾਂਗੇ, ਕਰ ਦਿੱਤੀ। ਦੂਜਾ ਵਾਅਦਾ ਸਾਰੇ ਸ਼ਹਿਰਾਂ ਵਿੱਚ ਸੀਵਰੇਜ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰ ਦਾਂਗੇ, ਅਸੀਂ 100% ਕਰ ਦਿੱਤਾ। ਅਸੀਂ ਕਿਹਾ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨਾਲ 4 ਤੇ 6 ਲੇਨ ਦੀਆਂ ਸੜਕਾਂ ਬਣਾਵਾਂਗੇ, ਬਣਾ ਦਿੱਤੇ। ਅਸੀਂ ਕਿਹਾ ਗਰੀਬ ਨੂੰ ਸਸਤਾ ਆਟਾ ਦਾਲ ਦੇਵਾਂਗੇ, ਦੇ ਦਿੱਤਾ। ਜੇ ਅਸੀਂ ਕਿਹਾ ਲੜਕੀਆਂ ਦੀ ਸ਼ਾਦੀ ਨੂੰ 5,500 ਤੋਂ 15,000 ਕਰਾਂਗੇ, ਕਰ ਦਿੱਤਾ। 250 ਤੋਂ 500 ਪੈਨਸ਼ਨ ਕਰਾਂਗੇ, ਕਰ ਦਿੱਤਾ। ਕਲਿਆ ਨਹੀਂ, ਕਿੰਨੀਆਂ ਹੋਰ ਚੀਜ਼ਾਂ ਕੀਤੀਆਂ, ਤੁਹਾਡੇ ਸਿਹਤ ਦੇ ਕਾਰਡ, ਇੱਕ ਲੰਬੀ ਲਿਸਟ ਹੈ, ਮੈਂ ਜ਼ਿਆਦਾ ਜਾਣਾ ਨਹੀਂ ਚਾਹੁੰਦਾ। ਅਕਾਲੀ ਦਲ ਦਾ ਅਸੂਲ ਹੈ, ਜੋ ਅਸੀਂ ਕਹਿੰਦੇ ਹਾਂ ਕਰਦੇ ਹਾਂ। ਅਸੀਂ ਨਾ ਕਿਤੇ ਲਾਰਾ ਲਾਇਆ,
ਅਸੀਂ ਇਹ ਜਿਹੀਆਂ ਫੈਸਲੇ ਲਿੱਤੇ ਆ ਜਿਵੇਂ ਤੁਹਾਡੇ ਟਿਊਬਲਾਂ ਦੇ ਬਿੱਲ ਮਾਫ ਕੀਤੇ ਆ ਜੋ ਹਿੰਦੁਸਤਾਨ ਦੀ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ। ਆਈ ਕਾਂਗਰਸ ਦਾ ਰਾਜ ਹੈ ਜਿਹਨੇ ਜੋ 5-10 ਸਾਲ ਪਹਿਲੇ ਰਾਜ ਕਰਦਾ ਸੀ ਤੁਹਾਡੇ ਟਿਊਬਲਾਂ ਦੇ ਬਿੱਲ ਵੀ ਲਾਏ। ਅੱਜ ਪੰਜਾਬ ਤੁਸੀਂ ਫੈਸਲਾ ਕਰਨਾ ਹੈ ਕਿਸ ਪਾਰਟੀ ਦਾ ਰਾਜ ਅਗਲੇ 5 ਸਾਲ ਦੇਣਾ। ਤੁਸੀਂ ਇੱਕ ਤੁਹਾਡੇ ਕੋਲ ਇੱਕ ਇਹ ਜੀ ਤਾਕਤ ਹੈ ਤੁਸੀਂ ਇੱਕ ਰਾਜੇ ਨੂੰ ਭਿਕਾਰੀ ਬਣਾ ਸਕਦੇ ਹੋ, ਇੱਕ ਭਿਕਾਰੀ ਨੂੰ ਰਾਜਾ ਬਣਾ ਸਕਦੇ ਹੋ। ਤੁਸੀਂ ਕੋਲ ਉਹ ਤਾਕਤ ਹੈ, ਤੁਸੀਂ ਆਪਣੀ ਕਿਸਮਤ ਬਣਾ ਵੀ ਸਕਦੇ ਹੋ ਤੇ ਕਿਸਮਤ ਮਿਟਾ ਵੀ ਸਕਦੇ ਹੋ। ਫੈਸਲੇ ਦੀ ਘੜੀ ਹੈ, ਤੁਸੀਂ 4 ਤਰੀਕ ਨੂੰ ਫੈਸਲਾ ਕਰਨਾ ਹੈ। ਮੈਂ ਬੇਨਤੀ ਕਰਨ ਵਾਲਾ, ਮੁਕਾਬਲਾ ਇਹ ਲੱਗਦਾ ਕਿ 3 ਪਾਰਟੀਆਂ 'ਚ ਹੈ ਪਰ 3 ਪਾਰਟੀਆਂ 'ਚ ਮੁਕਾਬਲਾ ਪੰਜਾਬ 'ਚ ਨਹੀਂ, ਮਾਝੇ 'ਚ ਤਾਂ ਇਕੱਲਾ ਅਕਾਲੀ ਦਲ ਬੀਜੇਪੀ ਇੱਕ ਪਾਸੇ ਤੇ ਕਾਂਗਰਸ ਹੈ, ਦੁਆਬੇ 'ਚ ਵੀ ਉਵੇਂ ਹੀ ਹੈ, ਮਾਲਵੇ 'ਚ ਵੀ ਇਕੱਲੀਆਂ 21 ਸੀਟਾਂ 'ਤੇ ਤ੍ਰਿਕੋਣੀ ਲੜਾਈ ਹੈ, ਬਾਕੀ ਜਗ੍ਹਾ 'ਤੇ ਕੋਈ ਆਮ ਆਦਮੀ ਪਾਰਟੀ ਨਹੀਂ। ਕਾਂਗਰਸ ਪਾਰਟੀ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ, ਆ ਉਹ ਪਾਰਟੀ ਹੈ ਜਿਹਨੇ ਆਪਣੇ ਗੁਰੂ ਧਾਮਾਂ ਦੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਇਹ ਉਹ ਪਾਰਟੀ ਗਾਂਧੀ ਪਰਿਵਾਰ ਹੈ ਜਿਹਨੇ ਆਪਣੇ ਹਜ਼ਾਰਾਂ ਭੈਣਾਂ ਭਰਾਵਾਂ ਦਾ ਕਤਲੇਆਮ ਕਰਾਇਆ। ਕਿ ਆਪਾਂ ਕੀ ਭੁੱਲ ਸਕਦੇ ਹੋ ਜੀ ਪਾਰਟੀ ਨੂੰ? ਦੂਜੇ ਪਾਸੇ ਆਮ ਆਦਮੀ ਪਾਰਟੀ ਹੈ, ਕੇਜਰੀਵਾਲ ਹੈ ਕਿ ਜੋ ਕਹਿੰਦਾ ਉਹਦੇ ਉਲਟ ਕਰਦਾ ਹੈ। ਤੁਸੀਂ ਚਾਰੋਂ ਤਰਫ ਦੇਖੋ ਕਿਆ ਕੀ ਸੀ ਸ਼ੁਰੂਆਤ ਕੀ ਕੀਤੀ ਇਹਨੇ। ਆਈ ਕੇਜਰੀਵਾਲ ਹੈ ਜਿਹਦੀ ਬਾਂਹ ਫੜਦਾ, ਜਿਹਦੀ ਬਾਂਹ ਫੜ ਕੇ ਅੱਗੇ ਚੜ੍ਹਦਾ ਉਹਦੀ ਬਾਂਹ ਪਹਿਲੇ ਵੜਦਾ ਹੈ। ਅੰਨਾ ਹਜ਼ਾਰੇ ਜੀ ਨੂੰ ਦੇ ਸਿਰ ਤੇ ਅੱਗੇ ਵੜਿਆ ਤੇ ਸਭ ਤੋਂ ਪਹਿਲੇ ਅੰਨਾ ਹਜ਼ਾਰੇ ਜੀ ਨੂੰ ਪਿੱਛੇ ਸਿੱਟਿਆ, ਫਿਰ ਪ੍ਰਸ਼ਾਂਤ ਭੂਸ਼ਣ ਵਰਗੇ ਲੋਕਾਂ ਨੇ ਬਾਂਹ ਫੜ ਕੇ ਅੱਗੇ ਵਧਿਆ, ਉਹਨਾਂ ਨੂੰ ਕੱਢਿਆ। ਇਹੀ ਕੇਜਰੀਵਾਲ ਹੈ ਜਿਹੜਾ ਕਹਿੰਦਾ ਸੀ ਕਿ ਜੋ ਮੈਨੂੰ ਮੁੱਖ ਮੰਤਰੀ ਬਣਾ ਦਿਓ ਨਾ ਮੈਂ ਤਨਖਾਹ ਲਊਂਗਾ, ਨਾ ਮੇਰੇ MLA ਤਨਖਾਹ ਲੈਣਗੇ, ਨਾ ਲਾਲ ਲਈ, ਨਾ ਗਨਮੈਨ, ਨਾ ਚੇਅਰਮੈਨ। ਨਹੀਂ, ਜਾ ਕੇ ਦਿੱਲੀ ਦੇਖੋ, 2,20,000 ਰੁਪਏ ਜਿਹੜੀ MLA ਤਨਖਾਹ ਸੀ ਇਹਨੇ 2 ਲੱਖ ਕਰ ਦਿੱਤੀ ਸਾਰਿਆਂ ਨੂੰ, ਗੱਡੀਆਂ, ਚੇਅਰਮੈਨ। ਆਹ ਜਿਹੜੇ ਆਮ ਆਦਮੀ ਪਾਰਟੀ ਹੈ ਠੱਗਾਂ ਦੀ ਪਾਰਟੀ ਹੈ, ਇਹਦਾ ਨਿਸ਼ਾਨਾ ਇੱਕੋ ਇੱਕ ਹੈ, ਕਿਵੇਂ ਨਾ ਕਿਵੇਂ ਪੰਜਾਬ 'ਚ ਕਬਜ਼ਾ ਕਰੋ। ਆਈ ਕੇਜਰੀਵਾਲ ਪੰਜਾਬ ਜਾ ਕੇ ਕਹਿੰਦਾ ਪੰਜਾਬ ਦਾ ਪਾਣੀ ਪੰਜਾਬ ਚਾਹੀਦਾ, ਜਦੋਂ ਦਿੱਲੀ ਗਿਆ ਨਾਲ ਦੇ ਨਾਲ ਕਹਿ ਦਿੱਤਾ ਮੈਂ ਪੰਜਾਬ ਦਾ ਪਾਣੀ ਦਿੱਲੀ ਲੈ ਕੇ ਜਾਣਾ ਹੈ। ਆ ਉਹ ਕੇਜਰੀਵਾਲ ਹੈ। ਜੇ ਤੁਸੀਂ ਪਾਰਟੀ ਦੇਖੋ ਆ ਕਿਹਨਾਂ ਨਾਲ ਹੱਥ ਜੋੜੀ ਬੈਠਾ, ਉਹਨਾਂ ਤਾਕਤਾਂ ਨਾਲ, ਉਹਨਾਂ ਜਥੇਬੰਦੀਆਂ ਨਾਲ ਜਿਨ੍ਹਾਂ ਨੇ 20 ਸਾਲ ਪੰਜਾਬ ਵਿੱਚ ਆਤੰਕਵਾਦ ਫੈਲਾਇਆ ਸੀ ਉਹਨਾਂ ਨਾਲ ਰਲ ਕੇ ਅੱਜ ਬੈਠਾ। ਤੁਸੀਂ ਹੈਰਾਨ ਰਹਿ ਜਾਓਗੇ, ਕੱਲ ਰਾਤ ਕੇਜਰੀਵਾਲ ਮੋਗੇ ਰਿਹਾ, ਕਿਹਦੇ ਘਰੇ ਰਿਹਾ? ਇਹ ਗੁਰਿੰਦਰ ਸਿੰਘ ਜਿਹਨੂੰ ਜਗਵਿੰਦਰ ਸਿੰਘ ਵੀ ਕਹਿੰਦੇ ਹੈ, ਮੋਗੇ ਟੀਚਰ ਕਲੋਨੀ 'ਚ ਰਾਤ ਰਿਹਾ। ਉਹ ਕੌਣ ਹੈ? ਆ ਉਹ ਇਨਸਾਨ ਹੈ ਜਿਹੜਾ ਬੱਬਰ ਖਾਲਿਸਤਾਨ ਕਮਾਂਡੋ ਫੋਰਸ ਦਾ ਜਨਰਲ ਸੀ, ਜਿਹਨੇ ਜਿਹੜੇ ਪੁਜਾਰੀ ਨੂੰ ਮਾਰਿਆ ਸੀ, ਗੋਲੀ ਨਾਲ ਮਾਰਿਆ ਸੀ, ਜਿਹਨੇ ਆਈ ਗੁਰਵਿੰਦਰ ਸਿੰਘ ਨੇ ਗਊਆਂ ਦੀਆਂ ਪੂਛਾਂ ਕੱਢ ਕੇ ਮੰਦਰਾਂ ਸਿੱਟੀਆਂ ਸੀ, ਸਿਗਰਟਾਂ ਗੁਰਦੁਆਰੇ ਸਿੱਟੀਆਂ ਸੀ, ਅੱਜ ਉਹਦੇ ਘਰੇ ਜਾ ਕੇ ਰਾਤ ਰਿਹਾ। ਆ ਕੇਜਰੀਵਾਲ 10 ਦਿਨ ਪਹਿਲੇ, 15 ਦਿਨ ਪਹਿਲੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਿਹੜੇ ਮੁਖੀ ਹੈ ਮੋਹਾਲੀ, ਉਹਦੇ ਨਾਲ ਘੰਟਾ ਮੀਟਿੰਗ ਕੀਤੀ, ਜਿਹੜੇ ਲੋਕ ਖਾਲਿਸਤਾਨ ਦਾ ਨਾਂ ਲੈਂਦੇ ਸੀ, ਜਿਹੜੇ ਨਕਲੀ ਅਕਾਲ ਤਖ਼ਤ ਦੇ ਜਥੇਦਾਰ ਬਣੇ ਸੀ,
ਜਿਨ੍ਹਾਂ ਨੇ ਪੂਰੀ 20 ਸਾਲ ਪੰਜਾਬ ਵਿੱਚ ਗੰਦ ਪਾਇਆ, ਜਿਨ੍ਹਾਂ ਨੂੰ ਅਸੀਂ ਖੰਗਣ ਨਹੀਂ ਦਿੱਤਾ, ਜਿਨ੍ਹਾਂ ਨੇ ਜੁੱਤੀ ਥੱਲੇ ਰੱਖਿਆ, ਅੱਜ ਉਹਨਾਂ ਨਾਲ ਰਲ ਕੇ ਉਹਨਾਂ ਦੀ ਮਦਦ ਲੈ ਰਿਹਾ ਹੈ। ਤੁਸੀਂ ਗੱਲ ਦੇਖੋ, ਸਾਨੂੰ ਕਹਿੰਦੇ ਹੈ ਕਿ ਅਸੀਂ ਬੇਅਦਬੀ ਕਰਾਈ ਹੈ। ਸਭ ਤੋਂ ਵੱਡੀ ਬੇਅਦਬੀ ਕਾਂਗਰਸ ਨੇ ਕੀਤੀ ਹੈ, ਜਿਹਨੇ ਟੈਂਕਾਂ ਤੋਂ ਆਪਣਾ ਗੁਰੂ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤਾ। ਬੇਅਦਬੀ ਕੇਜਰੀਵਾਲ ਨੇ ਕੀਤੀ ਹੈ, ਜਿਹਨੇ ਸ਼ੀਸ਼ ਦਿੱਲੀ ਸ਼ੀਸ਼ਗੰਜ ਸਾਹਿਬ 'ਤੇ ਬੁਲਡੋਜ਼ਰ ਫੇਰਿਆ। ਕੇਜਰੀਵਾਲ ਨੇ ਦਰਬਾਰ ਸਾਹਿਬ ਜਾ ਕੇ, ਜੋ ਤੁਸੀਂ ਦੇਖਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ, ਇਹਨਾਂ ਦੇ MLA ਨੇ ਕੁਰਾਨ ਸ਼ਰੀਫ ਜੀ ਦੀ ਬੇਅਦਬੀ ਕੀਤੀ। ਯਾਰ, ਅਕਾਲੀ ਦਲ ਤਾਂ ਗੁਰੂ ਘਰ ਨੂੰ ਸਜਾਉਂਦੀ ਹੈ, ਗੁਰੂ ਦੀ ਸੇਵਾ ਕਰਦੀ ਹੈ। ਅਸੀਂ ਜਿਹੜੇ 30 ਕੇਸ ਜਿਹੜੇ ਬੇਅਦਬੀ ਦੇ ਹੋਏ ਸੀ, ਉਹ ਸਾਰੇ ਅੰਦਰ ਕਰਕੇ ਦੇ ਤੇ, ਇੱਕ ਰਹਿ ਗਿਆ ਸੀ ਬਰਗਾੜੀ ਵਾਲਾ, ਉਹ ਵੀ CBI ਨੂੰ ਦਿੱਤਾ, ਤੇ ਅੱਜ ਪ੍ਰਧਾਨ ਮੰਤਰੀ ਜੀ ਇੱਥੇ ਹੈ। ਮੈਂ ਉਹਨੂੰ ਬੇਨਤੀ ਕਰਦਾ ਕਿ ਉਹਦੀ ਜਲਦੀ ਤੋਂ ਜਲਦੀ ਜਾਂਚ ਕਰਾ ਕੇ ਦੇ ਪੰਜਾਬੀਆਂ ਦੇ ਸਾਹਮਣੇ ਪੇਸ਼ ਕਰੋ, ਕਿਹੜੀਆਂ ਤਾਕਤਾਂ ਜਿਨ੍ਹਾਂ ਨੇ ਪੰਜਾਬ ਦੀ ਬੇਅਦਬੀ ਕਰਨਾਉਣੀ ਸ਼ੁਰੂ ਕੀਤੀ ਹੈ। ਮੈਂ ਪੁੱਛਣਾ ਚਾਹੁੰਦਾ ਸਾਰਿਆਂ ਨੂੰ, ਆਹ ਬੇਅਦਬੀ ਕਦੋਂ ਸ਼ੁਰੂ ਹੋਈ? ਜਦੋਂ ਦੀ ਆਮ ਆਦਮੀ ਪਾਰਟੀ ਪੰਜਾਬ 'ਚ ਆਈ। ਦਿੱਲੀ ਵੀ ਮੈਂ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰ ਰਿਹਾ ਸੀ, ਦਿੱਲੀ ਇਲੈਕਸ਼ਨ ਤੋਂ ਪਹਿਲੇ ਵੀ ਉੱਥੇ ਮਸਜਿਦ 'ਚ ਅਤੇ ਉਹਨਾਂ ਦੀ ਚਰਚਾਂ 'ਚ ਜਾ ਕੇ ਬੇਅਦਬੀ ਹੋਣੀ ਸ਼ੁਰੂ ਹੋ ਗਈ, ਜਦੋਂ ਦੀ ਆਮ ਆਦਮੀ ਪਾਰਟੀ ਉੱਥੇ ਹੋਈ। ਯਾਰ, ਮੈਂ ਤੁਹਾਨੂੰ ਇੰਨਾ ਦੱਸਦਾ, ਆਹ ਸਾਰੇ ਨੈਕਸਲਾਈਟ, ਆਹ ਸਾਰੇ ਉਹ ਜਿਹੇ ਲੋਕ ਇਕੱਠੇ ਹੋ ਗਏ ਹੈ ਜਿਹਦਾ ਨਿਸ਼ਾਨਾ ਪੰਜਾਬ ਦੀ ਤਰੱਕੀ ਨਹੀਂ, ਉਹਨਾਂ ਦਾ ਨਿਸ਼ਾਨਾ ਕਿਵੇਂ ਨਾ ਕਿਵੇਂ ਅਸੀਂ ਪੰਜਾਬ ਦਾ ਕਬਜ਼ਾ ਕਰ ਲਈਏ, ਅਤੇ ਫਿਰ ਪ੍ਰਾਈਮ ਮਿਨਿਸਟਰ ਨਾਲ ਲੜੀਏ, ਸ਼੍ਰੀ ਨਰਿੰਦਰ ਮੋਦੀ ਨਾਲ ਲੜੀਏ, ਜਾਂ ਹੋਊਗਾ ਕੀ? ਨਾ ਤੁਹਾਡਾ ਝੋਨਾ ਚੱਕਿਆ ਜਾਏ, ਨਾ ਕਣਕ ਚੱਕੀ ਜਾਏ, ਨਾ ਕੋਈ ਇੱਥੇ ਤਰੱਕੀ ਆਏ। ਪਿਛਲੇ 10 ਸਾਲਾਂ 'ਚ 7 ਸਾਲ ਕਾਂਗਰਸ ਦਾ ਰਾਜ ਰਿਹਾ ਸਾਡਾ, 7 ਸਾਲਾਂ 'ਚ ਸਾਨੂੰ ਡੱਕਾ ਨਹੀਂ ਤੋੜਿਆ, ਇੱਕ ਚੀਜ਼ ਨਹੀਂ ਦਿੱਤੀ ਕਾਂਗਰਸ ਦੀ ਸਰਕਾਰ ਨੇ। ਜਦੋਂ ਦੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਆਏ ਆ, 35,000 ਕਰੋੜ ਦੀਆਂ ਸੜਕਾਂ ਹੀ ਦੇ ਦਿੱਤੀਆਂ, 3,000 ਕਰੋੜ ਦੀਆਂ ਨਹਿਰਾਂ ਵਾਸਤੇ ਪੈਸਾ ਦਿੱਤਾ, 1,000 ਕਰੋੜ ਰੁਪਇਆ ਤੁਹਾਡੇ ਖਾਲਾਂ ਵਾਸਤੇ ਦੇ ਦਿੱਤਾ, ਆਹ ਤੁਹਾਡੇ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣ ਦੇ, ਆਹ ਆਲ ਇੰਡੀਆ ਮੈਡੀਕਲ ਸਾਇੰਸ ਦੇ ਵਰਗੀਆਂ ਵੱਡੇ ਵੱਡੇ ਹਸਪਤਾਲ ਆਪਣੇ ਪੰਜਾਬ ਦੇ ਦਿੱਤੇ। ਯਾਰ, ਆਪਣੇ ਆਪਣੇ ਹੀ ਹੁੰਦੇ ਆ। ਅੱਜ ਦੇਸ਼ ਨੂੰ ਲੋੜ ਹੈ ਇੱਕ ਤਕੜੇ ਪ੍ਰਧਾਨ ਮੰਤਰੀ ਦੀ, ਸ਼੍ਰੀ ਨਰਿੰਦਰ ਮੋਦੀ ਜੀ ਦੇ ਸਾਹਮਣੇ ਪਾਕਿਸਤਾਨ ਵੀ ਚੂਣੀ ਕਰਦੀ। ਇਸ ਕਰਕੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਹੈ, ਮਾਲਵੇ ਦੀ ਧਰਤੀ ਉਹ ਧਰਤੀ ਹੈ ਜਿੱਥੇ ਜੋ ਕੁਛ ਵੀ ਹੋਇਆ ਉਦੋਂ ਹੀ ਹੋਇਆ ਜਦੋਂ ਤੁਹਾਡੀ ਸਰਕਾਰ ਪੰਜਾਬ 'ਚ ਰਹੀ। ਇੱਕ ਵੀ ਨਿਸ਼ਾਨੀ ਤੁਸੀਂ ਕਾਂਗਰਸ ਦੀ ਨਹੀਂ ਜਾਣ ਸਕਦੇ, ਅਸੀਂ ਜੋ ਕਹਿੰਦੇ ਹਾਂ ਕਰਕੇ ਦਿੰਦੇ ਹਾਂ। ਇਸ ਕਰਕੇ 5-6 ਚੀਜ਼ਾਂ ਜਿਹੜੀਆਂ ਤੁਸੀਂ ਸਾਡੇ ਸਿਰ 'ਤੇ ਹੱਥ ਰੱਖੋਗੇ ਅਸੀਂ ਕਰਾਂਗੇ, ਉਹ ਮੈਂ ਅੱਜ ਐਲਾਨ ਕਰਨਾ ਚਾਹੁੰਦਾ। ਸਭ ਤੋਂ ਪਹਿਲੇ ਜਿਹੜੀ ਬਜ਼ੁਰਗਾਂ ਦੀ 500 ਰੁਪਇਆ ਪੈਨਸ਼ਨ ਹੈ ਉਹਨੂੰ 2,000 ਰੁਪਇਆ ਕੀਤਾ ਜਾਊਗਾ। ਜਿਹੜੀ ਲੜਕੀਆਂ ਦੀ ਸ਼ਾਦੀ ਵਿੱਚ 15,000 ਰੁਪਇਆ ਸ਼ਗਨ ਹੈ, ਇਸ ਨੂੰ 51,000 ਰੁਪਇਆ ਕੀਤਾ ਜਾਊਗਾ। ਜਿਹੜੀ ਅਸੀਂ ਨੀਲੇ ਕਾਰਡ ਰਾਹੀਂ ਸਸਤਾ ਆਟਾ ਦਲ ਦਿੰਦੇ ਹਾਂ, ਉਹਦੇ 2 ਚੀਜ਼ਾਂ ਹੋਰ ਜੋੜੀਆਂ ਜਾਣਗੀਆਂ, 10 ਰੁਪਏ ਕਿਲੋ ਖੰਡ ਤੇ 25 ਰੁਪਏ ਕਿਲੋ ਘਿਓ। ਜਿਹੜੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ, ਜਿਹੜੇ ਛੋਟੇ ਤੇ ਗਰੀਬ ਕਿਸਾਨ ਹੈ ਉਹਨਾਂ ਦਾ ਕਰਜ਼ਾ ਮਾਫ ਕੀਤਾ ਜਾਊਗਾ। ਜਿਹੜੇ ਛੋਟੇ ਕਿਸਾਨ ਹੈ, 5 ਏਕੜ ਤੋਂ ਥੱਲੇ ਕਿਸਾਨ ਹੈ, ਉਹਨਾਂ ਦਾ 2 ਲੱਖ ਰੁਪਇਆ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦਾ ਲਿਮਿਟ ਬਣਾਈ ਜਾਊਗੀ, ਜਿੱਥੇ ਉਹ ਖਾਦ ਵਾਸਤੇ ਜਾਂ ਦਵਾਈਆਂ ਵਾਸਤੇ
ਜਾਂ ਲੇਬਰ ਵਾਸਤੇ ਪੈਸੇ ਕਢਾ ਸਕਣ, ਜਦੋਂ ਉਹ ਸਾਲ ਬਾਅਦ ਮੋੜ ਦੇਣਗੇ ਉਹਦੇ ਤੇ ਕੋਈ ਵਿਆਜ ਨਹੀਂ ਲੱਗੂਗਾ। ਮੈਂ ਪ੍ਰਧਾਨ ਮੰਤਰੀ ਜੀ ਬੈਠੇ, ਪ੍ਰਧਾਨ ਮੰਤਰੀ ਜੀ ਨੇ ਫੈਸਲਾ ਕੀਤਾ ਮੈਂ ਪੂਰੇ ਦੇਸ਼ ਵਿੱਚ ਕੋਈ ਕੱਚਾ ਗਰੀਬ ਦਾ ਘਰ ਨਹੀਂ ਰਹਿਣ ਦੇਣਾ। ਮੈਂ ਪ੍ਰਧਾਨ ਮੰਤਰੀ ਜੀ ਨਾਲ ਗੱਲ ਵੀ ਕੀਤੀ ਹੈ ਤੇ ਉਹਨਾਂ ਦੀ ਸਕੀਮ ਰਾਹੀਂ ਸਾਡੇ ਪੰਜਾਬ ਤਕਰੀਬਨ 5 ਲੱਖ ਕੱਚੇ ਮਕਾਨ ਰਹਿ ਗਏ ਹੈ। 2000 ਕਰੋੜ ਰੁਪਇਆ ਲੱਗਣਾ, 1000 ਕਰੋੜ ਰੁਪਇਆ ਅਸੀਂ ਪਾ ਦਾਂਗੇ, 1000 ਕਰੋੜ ਰੁਪਇਆ ਮੋਦੀ ਸਾਹਿਬ ਤੋਂ ਲਿਆਵਾਂਗੇ ਤੇ ਅਗਲੇ 5 ਸਾਲ ਫਿਰ ਮੇਰੇ ਪੰਜਾਬ 'ਚ ਕੋਈ ਕੱਚਾ ਘਰ ਨਹੀਂ ਰਹੂਗਾ। ਭਲੇ ਮੇਰੇ ਪਿੰਡਾਂ ਦੇ ਵੀਰ ਆਏ, ਅਸੀਂ ਤੁਹਾਨੂੰ ਬਿਜਲੀ ਕਿਹਾ ਸੀ ਪੂਰੀ ਕਰਦਾ ਕਰ ਦਿੱਤੀ, ਸ਼ਹਿਰਾਂ ਦਾ ਪ੍ਰਬੰਧ ਕਰ ਦਿੱਤਾ, ਸੀਵਰੇਜ ਦਾ, ਪੀਣ ਵਾਲੇ ਪਾਣੀ ਦਾ, ਸੜਕਾਂ ਦਾ, ਸਾਰਾ ਕੁਛ। ਹੁਣ ਮੇਰੇ ਪਿੰਡ ਰਹਿ ਗਏ ਹੈ, ਅਗਲੇ 5 ਸਾਲ ਪੂਰੇ ਪੰਜਾਬ ਦੇ ਪਿੰਡਾਂ ਤੇ ਪੂਰੀ ਸਰਕਾਰ ਲੱਗ ਜੂਗੀ। 12000 ਪਿੰਡ ਹੈ ਪੰਜਾਬ ਦੇ, 12000 ਤੇ 12000 ਪਿੰਡਾਂ ਵਿੱਚ ਮੈਂ ਵਾਅਦਾ ਕਰਦਾ 5 ਸਾਲਾਂ ਵਿੱਚ ਸ਼ਹਿਰ ਵਾਂਗੂ ਸੀਵਰੇਜ, ਸੀਮੈਂਟ ਦੀ ਗਲੀ ਤੇ ਸੋਲਰ ਲਾਈਟ ਲਾ ਕੇ ਤੁਹਾਨੂੰ ਦੇ ਦੂੰਗਾ। ਆ ਸਰਕਾਰ ਤੁਹਾਡੀ ਹੈ, ਅਸੀਂ ਇੰਨਾ ਮੰਗੂ ਨਹੀਂ ਲਾਰੇ ਲਾਉਣ ਵਾਲੇ, ਅਸੀਂ ਜੋ ਕਹਿੰਦੇ ਹਾਂ। ਆ ਕੇਜਰੀਵਾਲ ਵਰਗੇ ਰੋਜ਼ ਨੌ ਕਹਿਣਗੇ ਨੌਜਵਾਨਾਂ ਨੂੰ ਅਸੀਂ 50 ਲੱਖ ਨੌਕਰੀ ਦੇਵਾਂਗੇ, 60 ਲੱਖ ਨੌਕਰੀ ਦੇਵਾਂਗੇ, ਇੰਨਾ ਝੂਠ ਬੋਲਣਾ ਤਾਂ ਮੈਂ ਵੀ ਕਹਿ ਸਕਦਾ 2 ਕਰੋੜ ਦੇਵਾਂਗੇ। ਅਸੀਂ ਪਿਛਲੇ 5 ਸਾਲਾਂ 'ਚ 10 ਸਾਲਾਂ 2.5 ਲੱਖ ਸਰਕਾਰੀ ਨੌਕਰੀ ਦਿੱਤੀ, 1.5 ਲੱਖ ਸਰਕਾਰੀ ਨੌਕਰੀ ਅਗਲੇ 5 ਸਾਲ ਦੇਵਾਂਗੇ। ਪਰ ਜਿਹੜਾ ਵੱਡਾ ਕੰਮ ਕਰਨ ਵਾਲਾ ਮੇਰੇ ਨੌਜਵਾਨਾਂ ਵਾਸਤੇ, ਮੇਰੇ ਸਟੇਟ ਦੇ ਸੂਬੇ 'ਚ ਨੌਜਵਾਨਾਂ ਨੂੰ ਮੈਂ ਸਕਿੱਲ ਟ੍ਰੇਨਿੰਗ ਦੇਣੀ ਹੈ। ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਸੁਪਨਾ ਹੈ ਸਕਿੱਲ ਟ੍ਰੇਨਿੰਗ ਦਾ, ਤਾਂ ਇਸ ਕਰਕੇ ਅਸੀਂ 200 ਸਕਿੱਲ ਸੈਂਟਰ ਤੱਕ ਖੋਲ ਦਿੱਤੇ ਹੈ ਜਿੱਥੇ ਟ੍ਰੇਨਿੰਗ ਮਿਲਦੀ ਹੈ। ਪਰ ਅਗਲੇ 5 ਸਾਲਾਂ 'ਚ ਹਰ 5 ਪਿੰਡਾਂ ਵਾਸਤੇ, ਹਰ ਸ਼ਹਿਰ ਵਾਰਡ ਵਿੱਚ ਇੱਕ ਸਕਿੱਲ ਟ੍ਰੇਨਿੰਗ ਸੈਂਟਰ ਖੋਲ੍ਹਿਆ ਜਾਊਗਾ ਜਿੱਥੇ ਨੌਜਵਾਨ ਨੂੰ 6 ਮਹੀਨੇ ਦੀ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਪੂਰਾ ਟ੍ਰੇਨ ਕਰਕੇ, ਜੇ ਕਿਸੇ ਨੇ ਉਹਦੇ ਬਾਅਦ ਆਪਣੀ ਕੋਈ ਦੁਕਾਨ ਖੋਲ੍ਹਣੀ ਹੈ ਤਾਂ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਤੋਂ 10 ਲੱਖ ਰੁਪਏ ਤੱਕ ਕਰਜ਼ਾ ਅਸੀਂ ਲੈ ਜਾ ਸਕਾਂਗੇ, ਦੇ ਦਾਂਗੇ ਜਿੱਥੇ ਕੋਈ ਵਿਆਜ ਨਹੀਂ ਲੱਗੂਗਾ। ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ, ਅੱਜ ਸਾਰੇ ਲੋਕ ਇੱਥੇ ਬੈਠੇ, ਸੰਗਤਾਂ ਵਰਕਰ ਬੈਠੇ, ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਵਰਕਰ, ਆਹ 5-6 ਦਿਨ ਰਹਿ ਗਏ ਆ, ਆਹ 5-6 ਦਿਨ ਤੂਫਾਨ ਵਾਂਗੂ ਫੈਲ ਜਾਓ। ਮੈਂ ਸਾਰਾ ਅੱਜ ਸੌਂਹ ਖਾ ਕੇ ਜਾਓ ਕਿ ਅਗਲੇ 5 ਦਿਨ ਆਪਾਂ ਟਿਕਣਾ ਨਹੀਂ, ਆਪਾਂ ਟਿਕਣਾ ਨਹੀਂ, ਪੰਜਾਬ ਨੂੰ ਬਚਾਉਣਾ, ਪੰਜਾਬ ਦੀ ਤਰੱਕੀ ਨੂੰ ਰੋਕਣ ਵਾਲੀ ਸ਼ਕਤੀਆਂ ਨੂੰ ਪੰਜਾਬ ਤੋਂ ਕੱਢਣਾ। ਸੋ ਇਕੱਠੇ ਹੋ ਕੇ ਨਿਸ਼ਾਨਾ ਲਾਓ ਕਿ ਅਗਲੇ 5 ਦਿਨਾਂ ਦੇ ਅੰਦਰ ਨਾ ਪੰਜਾਬ ਵਿੱਚ ਖੂਨੀ ਪੰਜਾ ਰਹਿਣ ਦੇਵਾਂਗੇ, ਨਾ ਝਾੜੂ ਰਹਿਣ ਦੇਵਾਂਗੇ, ਇਕੱਲਾ ਰਾਜ ਕਰੂਗਾ ਤੱਕੜੀ ਤੇ ਕਮਲ ਦਾ ਫੁੱਲ, ਤੁਹਾਡੀ ਆਪਣੀ ਮਾਂ ਪਾਰਟੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੜੇ ਆਦਰ ਨਾਲ ਬੇਨਤੀ ਕਰੂੰਗਾ, ਪੰਜਾਬੀਆਂ ਦੇ ਦਿਲਾਂ ਦੀ ਧੜਕਣ ਔਰ ਬੜਾ ਲੰਮਾ ਸਮਾਂ ਜਿਨ੍ਹਾਂ ਨੇ ਪੰਜਾਬ ਹੀ ਨਹੀਂ ਦੇਸ਼ ਦੀ ਰਾਜਨੀਤੀ ਦੇ ਵਿੱਚ ਛਾਪ ਛੱਡੀ ਹੈ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਮੁੱਖ ਮੰਤਰੀ ਪੰਜਾਬ ਤੁਹਾਡੇ ਨਾਲ ਰੂਬਰੂ ਹੋਣਗੇ, ਜਕਾਰਾ ਲਾ ਕੇ ਸਵਾਗਤ ਕਰੀਏ। ਬੋਲੇ ਸੋ ਨਿਹਾਲ, ਸੋ ਸ੍ਰੀ ਅਕਾਲ। ਪਰਮ ਸਤਿਕਾਰਯੋਗ ਤੇ ਦੇਸ਼ ਦੇ ਹਰਮਨ ਪਿਆਰੇ ਲੋਹ ਪੁਰਸ਼ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ, ਪੰਜਾਬ ਦੇ ਡੈਪਟੀ ਚੀਫ ਮਿਨਿਸਟਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਜੀ,
ਬੀਬਾ ਹਰਸਿਮਰਤ ਕੌਰ ਜੀ, ਸਾਂਪਲਾ ਸਾਹਿਬ, ਇਹਨਾਂ ਹਲਕਿਆਂ ਤੋਂ ਲੜ ਰਹੇ, ਇਲੈਕਸ਼ਨ ਲੜ ਰਹੇ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਹਿਬਾਨ ਔਰ ਦੂਰ ਦਰਾਜ ਤੋਂ ਆਏ ਮੇਰੇ ਸਾਹਮਣੇ ਬਿਰਾਜਮਾਨ ਵੀਰੋ, ਭੈਣੋ, ਨੌਜਵਾਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਤੁਹਾਡੇ 'ਚ ਕੋਈ ਜੋਸ਼ ਨਹੀਂ ਲੱਗਿਆ ਮੈਨੂੰ, ਫਤਿਹ ਦਾ ਜਵਾਬ ਹੀ ਨਹੀਂ ਦਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਕ ਬਹੁਤ ਅਹਿਮ ਮਸਲੇ ਤੇ ਵਿਚਾਰਾਂ ਕਰਨ ਵਾਸਤੇ ਇਕੱਠੇ ਹੋਏ ਹਾਂ। ਮੈਂ ਸਾਰੇ ਪੰਜਾਬੀਆਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਾ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਆਪਣੇ ਇਸ ਇਲੈਕਸ਼ਨ ਮੁਹਿੰਮ ਨੂੰ ਵੱਡਾ ਹੁਲਾਰਾ ਦੇਣ ਵਾਸਤੇ ਥੋੜੇ ਦਿਨਾਂ ਵਿੱਚ ਹੀ ਦੂਜੀ ਵਾਰ ਇੱਥੇ ਆਏ ਹਨ। ਇਹ ਇਲੈਕਸ਼ਨ 5 ਸਾਲਾਂ ਬਾਅਦ ਆਉਂਦਾ ਔਰ ਇਹਦਾ ਮੰਤਵ ਕੀ ਹੁੰਦਾ? ਵੱਡਾ ਮੰਤਵ ਇਹੀ ਹੁੰਦਾ ਕਿ ਆਪਣੇ ਸੂਬੇ ਵਿੱਚ ਕਿਸ ਪਾਰਟੀ ਦੀ ਸਰਕਾਰ ਆਵੇ ਤਾਂ ਕਿ ਸਾਡੀ ਖੁਸ਼ਹਾਲੀ ਹੋਵੇ, ਤਰੱਕੀ ਹੋਵੇ, ਅਮਨ ਸ਼ਾਂਤੀ ਰਵੇ, ਭਾਈਚਾਰਕ ਸਾਂਝ ਰਹੇ। ਵੀਰੋ, ਤੁਸੀਂ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦਾ ਵੀ ਰਾਜ ਦੇਖਿਆ, ਸੈਂਟਰ 'ਚ ਵੀ ਰਾਜ ਦੇਖਿਆ, ਸੂਬਿਆਂ 'ਚ ਵੀ ਰਾਜ ਦੇਖਿਆ, ਤੇ ਇਹਨਾਂ ਦੀ ਜਿਹੜੇ ਆਮ ਆਦਮੀ ਹੈ ਇਹਨਾਂ ਦੀ ਕਾਰਵਾਈ ਵੀ ਤੁਸੀਂ ਦੇਤੀ। ਸਭ ਤੋਂ ਵੱਡੀ ਲੋੜ ਜੋ ਹੈ ਉਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਹੈ। ਆਪਾਂ ਬੜੇ ਕਸ਼ਟ ਭੋਗੇ ਹਨ ਔਰ ਕਸ਼ਟਾਂ ਦਾ ਕਾਰਨ ਕੀ ਹੈ? ਇਹਦਾ ਵੱਡਾ ਹਿੱਸਾ ਜਿਹੜਾ ਹੈ ਉਹ ਕਾਂਗਰਸ ਦੀ ਵਜ੍ਹਾ ਨਾਲ ਹੋਇਆ। ਪੁਰਾਣੇ ਸੱਜਣ ਜਾਣਦੇ ਹਨ ਕਿ ਕਾਂਗਰਸ ਵਾਲਿਆਂ ਨੇ ਦੋ ਸਕੇ ਭਰਾ ਜਿਨ੍ਹਾਂ ਦਾ 9 ਮਾਸ ਦਾ ਰਿਸ਼ਤਾ ਹੈ, ਹਿੰਦੂ ਤੇ ਸਿੱਖ, ਇਹਨਾਂ 'ਚ ਫਰਕ ਪਾਉਣ ਦਾ ਯਤਨ ਕੀਤਾ। ਇਹਨਾਂ ਦੀ ਸਿਆਸੀ ਪਾਲਿਸੀ ਜੋ ਪੰਜਾਬ 'ਚ ਹੈ ਕਿ ਅਸੀਂ ਰਾਜ ਤਾਂ ਕਰ ਸਕਦੇ ਹਾਂ ਜੇ ਇਹ ਦੋ ਭਰਾਵਾਂ 'ਚ ਕਿਤੇ ਨਾ ਕਿਵੇਂ ਫਰਕ ਪਏ। ਔਰ ਇਹਨਾਂ ਨੇ ਪਵਿੱਤਰ ਗੁਰਦੁਆਰਾ ਸਾਹਿਬਾਨ ਵਿੱਚ ਬੀੜੀਆਂ ਸਟਾਈਆਂ ਔਰ ਪਵਿੱਤਰ ਮੰਦਰਾਂ 'ਚ ਇਹਨਾਂ ਨੇ ਗਊਆਂ ਦੀਆਂ ਪੂਛਾਂ ਛਡਾਈਆਂ ਤਾਂ ਕਿ ਕਿਸੇ ਤਰ੍ਹਾਂ ਨਾਲ ਆਪ ਦੀ ਦਿਮਾਗਾਂ 'ਚ ਵੀ ਫਰਕ ਪਏ ਔਰ ਇੱਥੇ ਗੜਬੜ ਹੋਵੇ, ਬਦਅਮਨੀ ਹੋਵੇ। ਇਹਨਾਂ ਦਾ ਵੱਡਾ ਫਾਰਮੂਲਾ ਹੀ ਡਿਵਾਈਡ ਐਂਡ ਰੂਲ ਹੈ। ਇਸ ਲਈ ਭਰਾਓ, ਜੇ ਇੱਥੇ ਅਮਨ ਸ਼ਾਂਤੀ
ਕੋਈ ਪਾਰਟੀ ਲਿਆ ਸਕਦੀ ਹੈ ਜਾਂ ਲਿਆਂਦੀ ਹੈ, ਉਹ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਹੈ। ਸਾਡਾ ਜੋ ਤਲਕ ਹੈ ਇਹ ਕੋਈ ਸਿਆਸੀ ਤਲਕ ਨਹੀਂ, ਇਹ ਇੱਕ ਸਮਾਜਕ ਤਲਕ ਵੀ ਕਹਿ ਲਓ, ਰੂਹਾਨੀ ਤਲਕ ਵੀ ਰਹਿ ਲਓ। ਔਰ ਇਸੇ ਵਜ੍ਹਾ ਨਾਲ ਹੀ ਮੁੜ ਕੇ ਪੰਜਾਬ ਵਿੱਚ ਅਮਨ ਸ਼ਾਂਤੀ ਆਈ ਹੈ। ਦੂਸਰਾ, ਹਰ ਸੂਬੇ ਦਾ ਮੰਤਵ ਹੁੰਦਾ ਕਿ ਉਹ ਸੂਬਾ ਤਰੱਕੀ ਕਰੇ, ਖੁਸ਼ਹਾਲੀ ਆਵੇ, ਡਿਵੈਲਪਮੈਂਟ ਹੋਵੇ। ਹੁਣ ਦੇਖੋ ਸੈਂਟਰ ਵਿੱਚ NDA ਦੀ ਸਰਕਾਰ ਹੈ, ਮੋਦੀ ਸਾਹਿਬ ਹਨ। ਜੇ ਪੰਜਾਬ ਵਿੱਚ ਇਹੀ ਖਿਆਲਾਂ ਦੀ ਸਰਕਾਰ ਆਏਗੀ ਤਾਂ ਆਪਾਂ ਨੂੰ ਬਹੁਤ ਵੱਡੀਆਂ ਪ੍ਰਾਪਤੀਆਂ ਹੋਣਗੀਆਂ। ਇੰਨਾ ਚਿਰ ਕਾਂਗਰਸ ਦਾ ਰਾਜ ਰਿਹਾ, ਮੇਰਾ ਖਿਆਲ ਹੈ ਜੇ ਇਹਨਾਂ ਨੂੰ ਸਵਾਲ ਕੀਤਾ ਜਾਏ ਕਿ ਤੁਸੀਂ ਇੱਕ ਵੀ ਨਿਸ਼ਾਨੀ ਦੱਸ ਦਿਓ ਜਿਹੜੀ ਪੰਜਾਬ ਨੂੰ ਦਿੱਤੀ ਹੋਵੇ। ਬਰਬਾਦੀ ਬਹੁਤ ਕੀਤੀ ਔਰ ਮੈਂ ਫਿਰ ਕਹਾਂਗਾ, ਲੇਕਿਨ ਮੋਦੀ ਸਾਹਿਬ ਨੇ ਸਾਡੇ ਤੇ ਬੜੀਆਂ ਬਖਸ਼ਾਂ ਕੀਤੀਆਂ। ਇੱਕ ਤਾਂ ਵੱਡੀ ਗੱਲ ਕੀਤੀ ਇਹਨਾਂ ਨੇ ਕਿ ਜਿਹੜੇ ਫੰਡ ਮਿਲਦੇ ਸਨ ਸਟੇਟਾਂ ਨੂੰ, ਅੱਗੇ 32% ਮਿਲਦੇ ਸਨ, ਇਹਨਾਂ ਨੇ ਵਧਾ ਕੇ 42% ਕਰਤੇ, 10% ਸਾਨੂੰ ਹੋਰ ਉਹਨਾਂ ਫੰਡਾਂ ਚ ਵਾਧਾ। ਦੂਜਾ, ਜਿਹੜੀਆਂ ਚੀਜ਼ਾਂ ਆਪਣੇ ਕੋਲ ਹੈ ਨਹੀਂ ਸੀ, ਸਾਡੇ ਪੰਜਾਬ ਵਿੱਚ ਕੋਈ ਵੱਡਾ ਹਸਪਤਾਲ ਜਿਹੜਾ PGI ਜਾਂ ਉਦੋਂ ਵੀ ਵੱਡਾ ਹੁੰਦਾ IIM, ਉਹ ਹੈ ਨਹੀਂ ਸੀ। ਆਪਾਂ ਨੂੰ ਇਲਾਜ ਕਰਾਉਣ ਵਾਸਤੇ ਜਾਂ ਤਾਂ ਚੰਡੀਗੜ੍ਹ ਜਾਣਾ ਪੈਂਦਾ ਜਾਂ ਦਿੱਲੀ ਜਾਣਾ ਪੈਂਦਾ ਜਾਂ ਹੋਰ ਕਿਤੇ ਜਾਣਾ ਪੈਂਦਾ, ਪਰ ਇਹਨਾਂ ਦੀ ਮਿਹਰਬਾਨੀ ਕਿ ਬਠਿੰਡੇ ਵਿੱਚ ਜਿਹੜਾ ਇੱਥੋਂ ਥੋੜ੍ਹੀ ਜਿਹੀ ਦੂਰੀ ਰਸਤਾ ਹੈ, IIM ਦੇ ਦਿੱਤਾ ਵੱਡਾ ਹਸਪਤਾਲ, AIIMS ਹਸਪਤਾਲ। ਦੂਜਾ, ਇੱਕ ਬਹੁਤ ਵੱਡੀ ਪੜ੍ਹਾਈ ਦਾ ਸੈਂਟਰ ਹੁੰਦਾ ਹੈ AIIM, ਉਹ ਅੰਮ੍ਰਿਤਸਰ ਦੇ ਦਿੱਤਾ। ਸਭ ਤੋਂ ਵੱਡਾ ਹੁੰਦਾ ਸਤਿਕਾਰ। ਦੇਖੋ ਜਿਹੜੀ ਪਾਰਟੀ ਸਤਿਕਾਰ ਦਿੰਦੀ ਹੈ ਉਹੀ ਸਾਨੂੰ ਫਾਇਦੇਮੰਦ ਹੈ। ਹੁਣ ਸਾਡਾ 350 ਸਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ। ਮੋਦੀ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵੀ ਉਸ ਫੰਕਸ਼ਨ ਨੂੰ ਵਿੱਚ ਆਏ, ਹਾਜ਼ਰ ਹੋਏ, ਤੇ ਪਟਨਾ ਸਾਹਿਬ ਬਣਾ ਗਿਆ ਜਿਸ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ, ਉੱਥੇ ਵੀ ਮੋਦੀ ਸਾਹਿਬ ਗਏ। 300 ਸਾਲਾ ਖਾਲਸੇ ਦਾ ਸੀ ਬਣਾਇਆ, ਉੱਥੇ ਵੀ ਸਾਡੇ ਪ੍ਰਧਾਨ ਮੰਤਰੀ ਪਹਿਲੇ ਅਟਲ ਬਾਜੀ ਵਾਜਪੇਈ ਜੀ ਗਏ ਔਰ ਤਿੰਨਾਂ ਫੋਰਸਾਂ ਦੇ ਜਰਨੈਲ ਵੀ ਉੱਥੇ ਸਲੂਟ ਕਰਨ ਗਏ। ਮੇਰਾ ਕਹਿਣ ਤੋਂ ਮਤਲਬ ਹੈ ਕਿ ਧਾਰਮਿਕ ਤੌਰ ਤੇ, ਸਿਆਸੀ ਤੌਰ ਤੇ, ਆਰਥਿਕ ਤੌਰ ਤੇ ਜਦੋਂ ਸੈਂਟਰ NDA ਦੀ ਹੁੰਦੀ ਹੈ ਉਦੋਂ ਹੀ ਸਾਨੂੰ ਕੋਈ ਪ੍ਰਾਪਤੀ ਮਿਲਦੀ ਹੈ। ਆ ਇੱਕ ਵੱਡਾ, ਸਭ ਤੋਂ ਵੱਡਾ ਪ੍ਰੋਜੈਕਟ ਜਿਹੜਾ ਪੰਜਾਬ 'ਚ ਹੈ ਉਹ ਬਠਿੰਡੇ ਕੋਲੇ ਰਿਫਾਇਨਰੀ ਹੈ, ਉਹ ਵਾਜਪਾਈ ਸਾਹਿਬ ਨੇ ਦਿੱਤੀ। ਸਾਰੇ ਹਿੰਦੁਸਤਾਨ ਵਿੱਚ
ਇੱਕ ਹੀ ਵੱਡਾ ਪ੍ਰੋਜੈਕਟ ਦੇਣਾ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਮੇਹਰ ਕਰਕੇ ਇਹ ਸਾਨੂੰ ਕਾਂਗਰਸ ਨੇ ਬੜਾ ਧੱਕਾ ਕੀਤਾ ਸਾਡੇ ਨਾਲ ਬੇਇਨਸਾਫੀ ਕੀਤੀ ਹੈ ਕਿਉਂਕਿ ਇੰਡਸਟਰੀ ਵੱਡੀ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ ਰੁਜ਼ਗਾਰ 'ਚ ਵਾਧਾ ਨਹੀਂ ਹੋ ਸਕਦਾ ਉਹਨਾਂ ਨੇ ਇਕੱਲੀ ਇੰਡਸਟਰੀ ਮਨਜ਼ੂਰ ਨਹੀਂ ਕੀਤੀ ਰਿਫਾਇਨਰੀ ਆਪ ਆ ਕੇ ਫਾਊਂਡੇਸ਼ਨ ਸਟੋਨ ਵੀ ਰੱਖਿਆ ਜਿਵੇਂ ਮੋਦੀ ਸਾਹਿਬ ਨੇ ਬਠਿੰਡੇ ਆ ਕੇ ਏਮਸ ਹਸਪਤਾਲ ਦਾ ਬੁਨਿਆਦੀ ਪੱਥਰ ਵੀ ਰੱਖਿਆ ਦੂਜੇ ਪਾਸੇ ਕਾਂਗਰਸ ਹੈ ਦੇਖੋ ਭਰਾਵੋ ਕਈ ਵਾਰੀ ਆਪਾਂ ਛੋਟੀਆਂ ਗੱਲਾਂ 'ਚ ਪੈ ਕੇ ਵੱਡੀਆਂ ਗੱਲਾਂ ਪੁੱਛਦੇ ਹਾਂ ਕਾਂਗਰਸ ਪਾਰਟੀ ਨੇ ਜੋ ਤੁਹਾਡੇ 'ਤੇ ਜ਼ੁਲਮ ਕੀਤੇ ਹੈ ਪਹਿਲਾਂ ਉਹਦਾ ਜ਼ਿਕਰ ਹੋ ਚੁੱਕਿਆ ਮੈਂ ਜ਼ਿਆਦਾ ਨਹੀਂ ਕਰਨਾ ਚਾਹੁੰਦਾ ਸਭ ਤੋਂ ਸਾਨੂੰ ਧਾਰਮਿਕ ਤੌਰ 'ਤੇ ਆਰਥਿਕ ਤੌਰ 'ਤੇ ਸਿਆਸੀ ਤੌਰ 'ਤੇ ਸਾਨੂੰ ਵੱਡੀਆਂ ਜ਼ੁਲਮ ਕੀਤੇ ਹੈ ਜ਼ਬਰ ਕੀਤੇ ਹੈ ਬੱਜਰ ਪਾਪ ਕੀਤੇ ਹੈ ਜਿਹੜੇ ਨਾ ਕਦੇ ਅੰਗਰੇਜ਼ਾਂ ਨੇ ਉਹਨੇ ਕੀਤੇ ਹੋਣੇ ਨਾ ਮੁਗਲਾਂ ਨੇ ਕੀਤੇ ਹੈ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਇਹ ਕੋਈ ਸਿੱਖਾਂ ਦਾ ਜਾਂ ਪੰਜਾਬੀਆਂ ਦਾ ਪਵਿੱਤਰ ਸਥਾਨ ਨਹੀਂ ਇਹ ਸਾਰੇ ਸੰਸਾਰ ਦਾ ਪਵਿੱਤਰ ਸਥਾਨ ਹੈ ਜਿੱਥੇ ਚਾਰ ਦਰਵਾਜ਼ੇ ਹੈ ਉਪਦੇਸ਼ ਚੋਂ ਵਰਨਾ ਕੋ ਸਾਂਝਾ ਪਰ ਪਹਿਲੀ ਦਫ਼ਾ ਹੋਇਆ ਕਿ ਆਪਣੇ ਦੇਸ਼ ਦੀ ਆਪਣੀ ਸਰਕਾਰ ਨੇ ਫੌਜੀ ਹਮਲਾ ਕੀਤਾ ਹੋਵੇ ਜਦੋਂ ਲੜਾਈਆਂ ਵੀ ਹੁੰਦੀਆਂ ਦੋ ਮੁਲਕਾਂ ਦੀਆਂ ਉਦੋਂ ਇਹ ਕਿਹਾ ਜਾਂਦਾ ਕਿ ਦੇਖਿਓ ਕਿਸੇ ਹਸਪਤਾਲ 'ਤੇ ਧਾਰਮਿਕ ਸਥਾਨ 'ਤੇ ਦਾ ਸਕੂਲ 'ਤੇ ਬੰਬ ਨਾ ਸਿੱਟਿਓ ਲੇਕਿਨ ਇਹ ਹਿੰਦੁਸਤਾਨ ਵਿੱਚ ਕਾਂਗਰਸ ਦੀ ਸਰਕਾਰ ਪਹਿਲੀ ਸਰਕਾਰ ਹੈ ਜਿਹਨੇ ਸਿੱਧੇ ਹੀ ਬੰਬ ਸਿੱਟੇ ਅਕਾਲ ਤਖ਼ਤ ਸਾਹਿਬ ਟਾਟੇਰੀ ਕਰਤੇ ਹਰਿਮੰਦਰ ਸਾਹਿਬ ਗੋਲੀਆਂ ਨਾਲ ਛੰਨੀ ਕਰਤੇ ਔਰ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੀ ਉਹਨਾਂ ਨੂੰ ਵੀ ਜ਼ਖਮੀ ਕੀਤਾ ਇਸ ਤਰ੍ਹਾਂ ਦੀ ਜਿਹੜੇ ਪਾਪੀ ਲੋਕ ਹਨ ਉਹਨਾਂ ਤੋਂ ਆਪਾਂ ਕੀ ਇਤਵਾਰ ਕਰ ਸਕਦੇ ਹਾਂ ਕਿ ਆਪਣੇ ਨਾਲ ਕੋਈ ਉਹ ਇਨਸਾਫ ਕਰਨਗੇ ਜਾਂ ਆਪਾਂ ਨੂੰ ਕੋਈ ਤਰੱਕੀ ਦੇਣਗੇ ਇਸ ਲਈ ਬੜੀ ਲੋੜ ਹੈ ਕਿ ਜਿਹੜੀ ਇੱਥੇ ਸਰਕਾਰ ਬਣੇ ਦਿੱਲੀ ਸਰਕਾਰ ਜਿਹੜੀ ਚੱਲ ਰਹੀ ਹੈ ਉਹਦੇ ਮੁਤਾਬਕ ਹੋਊਗੀ ਬੜਾ ਫਾਇਦਾ ਹੋਣਾ ਕਾਂਗਰਸ ਨੇ ਮੈਂ ਬਹੁਤੇ ਨਹੀਂ ਗਿਣਾਉਣਾ ਚਾਹੁੰਦਾ ਕਿਉਂਕਿ ਮੋਦੀ ਸਾਹਿਬ ਨੇ ਅੱਗੇ ਟਾਈਮ 'ਤੇ ਜਾਣਾ ਹੈ ਅਤੇ ਦੋ ਗੱਲਾਂ ਹੀ ਮੈਂ ਕਹਿਣਾ ਚਾਹੁੰਦਾ ਇੱਕ ਤਾਂ ਸਭ ਤੋਂ ਵੱਡੀ ਗੱਲ ਕਿ ਕਾਂਗਰਸ ਨੇ ਸਾਡਾ ਸਭ ਤੋਂ ਤਰੱਕੀ ਖੁਸ਼ਹਾਲੀ ਵਾਲੀ ਚੀਜ਼ ਪਾਣੀ ਉਹ ਉਹਨਾਂ ਨੇ ਖੋਇਆ ਔਰ ਹੁਣ ਵੀ ਇਹ ਬਿਉਂਤਾ ਕਾਂਗਰਸ ਪਾਰਟੀ ਵਾਲੇ ਅਤੇ ਆਮ ਆਦਮੀ ਬਣਾ ਰਹੇ ਹਨ ਕਿ ਜਿੰਨਾ ਪਾਣੀ ਤੁਹਾਡੇ ਕੋਲ ਹੈ ਉਹਦਾ ਅੱਧਾ ਪਾਣੀ ਹੋਰ ਬਾਹਰ ਦੇ ਦਿੱਤਾ ਜਾਏ ਪਾਣੀ ਸਾਨੂੰ ਕਿਸੇ ਸਰਕਾਰ ਨੇ ਨਹੀਂ ਦਿੱਤਾ ਇਹ ਕੁਦਰਤ ਨੇ ਪਾਣੀ ਦਿੱਤਾ ਹੈ ਦਰਿਆ ਕੁਦਰਤ ਦੇ ਦਿੱਤੇ ਹੁੰਦੇ ਹੈ ਨਹਿਰਾਂ ਉੱਥੋਂ ਨਿਕਲਦੀਆਂ ਫਿਰ ਖੇਤਾਂ ਨੂੰ ਪਾਣੀ ਲੱਗਦਾ ਅੱਜ ਜੇ ਤੁਸੀਂ ਸਾਰੇ ਮੁਲਕ ਨੂੰ ਰੋਟੀ ਖਵਾ ਰਹੇ ਹੋ ਆਪ ਵੀ ਰੱਜ ਕੇ ਰੋਟੀ ਖਾਂਦੇ ਹੋ ਤਾਂ ਇਹ ਨਹੀਂ ਕਿ ਇਕੱਲੀ ਮਿਹਨਤ ਕਰਕੇ ਜੇ ਸਾਡੇ ਕੋਲ ਪਾਣੀ ਨਾ ਹੋਵੇ ਤਾਂ ਮਿਹਨਤ ਵੀ ਕਿਸੇ ਕੰਮ ਨਹੀਂ ਹੁੰਦੀ ਉਹਦੇ ਨਾਲ ਕੋਈ ਤਰੱਕੀ ਨਹੀਂ ਹੋ ਸਕਦੀ ਫਿਰ ਇਕੱਲਾ ਪਾਣੀ ਨਹੀਂ ਖੋਇਆ ਸਾਡੀ ਰਾਜਧਾਨੀ ਦੇਖੋ ਪੰਜਾਬ ਦੀ ਰਾਜਧਾਨੀ ਲਾਹੌਰ ਸੀ ਜਦੋਂ ਆਜ਼ਾਦੀ ਹੋਈ ਤਾਂ ਲਾਹੌਰ ਦੀ ਜਗ੍ਹਾ ਆਪਾਂ
ਚੰਡੀਗੜ੍ਹ ਪੰਜਾਬ ਵਾਸਤੇ ਰਾਜਧਾਨੀ ਬਣਾ ਲਈ। ਹੁਣ ਆਪਣਾ ਸੂਬਾ ਜਿਹਦੀ ਰਾਜਧਾਨੀ ਹੈ ਨਹੀਂ, ਇਹ ਕਿਵੇਂ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਨਾਲ ਇਨਸਾਫ ਹੋਇਆ? ਇਸ ਤਰ੍ਹਾਂ ਹੋਰ ਵੀ ਦਰਜਨਾ ਇਹੋ ਜਿਹੇ ਕੰਮ ਹਨ ਜਿਹੜਾ ਕਾਂਗਰਸ ਨੇ ਸਾਨੂੰ ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਸਿਆਸੀ ਤੌਰ 'ਤੇ ਸਾਨੂੰ ਧੱਕੇ ਦਿੱਤੇ ਆ, ਸਾਡਾ ਵੱਡਾ ਨੁਕਸਾਨ ਜਿਹੜਾ ਕਰਾਇਆ। ਇਸ ਲਈ ਮੇਰੀ ਤੁਹਾਨੂੰ ਬੇਨਤੀ ਹੈ ਕਿ ਇੱਕ ਤਾਂ ਵੱਡਾ ਮੁੱਦਾ ਹੈ ਅਮਨ ਸ਼ਾਂਤੀ, ਦੂਜਾ ਮੁੱਦਾ ਡਿਵੈਲਪਮੈਂਟ, ਤੀਸਰੀ ਮੈਂ ਗੱਲ ਹੋਰ ਕਰਨੀ ਚਾਹੁੰਦਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ, ਹਰ ਕਿੱਤਾ ਕਰਨ ਵਾਲਾ, ਹਰ ਬਰਾਦਰੀ ਦੇ ਲੋਕਾਂ ਦਾ ਸਤਿਕਾਰ ਵੀ ਕੀਤਾ ਅਤੇ ਉਹਨਾਂ ਦੀ ਆਰਥਿਕਤਾ ਵੀ ਬਿਹਤਰ ਕੀਤੀ ਹੈ। ਦੇਖੋ ਕਿੰਨੀਆਂ ਯਾਦਗਾਰਾਂ ਬਣਾਈਆਂ, ਭਗਵਾਨ ਵਾਲਮੀਕ ਜੀ ਦੀ ਯਾਦਗਾਰ ਬਣਾਈ ਹੈ, ਗੁਰੂ ਰਵਿਦਾਸ ਮਹਾਰਾਜ ਦੀ ਯਾਦਗਾਰ ਬਣਾਈ ਹੈ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਈ ਹੈ, ਜੰਗੇ ਆਜ਼ਾਦੀ ਦੇ ਯਾਦਗਾਰ, ਫੌਜੀਆਂ ਦੀ ਯਾਦਗਾਰ। ਇਹ ਤਾਂ ਹੀ ਬਣ ਸਕੀਆਂ ਜੇ ਤੁਹਾਡੀ ਸਰਕਾਰ ਸੀ ਨਹੀਂ, ਇੰਨਾ ਚਿਰ ਕਾਂਗਰਸ ਦੀ ਸਰਕਾਰ ਰਹੀ ਹੈ, ਕਿਸੇ ਧਰਮ ਦੀ ਕੋਈ ਯਾਦਗਾਰ ਨਹੀਂ। ਔਰ ਸਾਰੇ ਧਰਮਾਂ ਦੇ ਲੋਕਾਂ ਦੀ ਜੋ ਵੱਡੇ ਪੁਰਬ ਹਨ ਉਹ ਅਸੀਂ ਸਰਕਾਰੀ ਤੌਰ 'ਤੇ ਮਨਾਉਂਦੇ ਹਾਂ ਔਰ ਸਭ ਦਾ ਸਤਿਕਾਰ ਕਰਦੇ ਹਾਂ। ਜਿਵੇਂ ਇਹ ਵੀ ਜ਼ਿਕਰ ਆਇਆ ਕਿ ਆਹ ਦੇਖੋ ਟ੍ਰੇਨਾਂ ਬੱਸਾਂ ਅਸੀਂ ਪੰਜਾਬ ਸਰਕਾਰ ਦੇ ਖਰਚੇ 'ਤੇ ਹਜ਼ੂਰ ਸਾਹਿਬ ਵੀ ਭੇਜੀਆਂ, ਬਨਾਰਸ ਵੀ ਭੇਜੀਆਂ, ਅਜਮੇਰ ਸ਼ਰੀਫ ਵੀ ਭੇਜੀਆਂ, ਬੱਸਾਂ ਵੀ ਭੇਜੀਆਂ। ਇਹ ਹੁੰਦਾ ਸਰਕਾਰ ਜਿਹੜੀ ਸਾਰਿਆਂ ਨੂੰ ਸਾਂਝੀ ਵਾਰਤਾ ਵੱਲ ਲੈ ਕੇ ਜਾਵੇ। ਦੂਜਾ ਜਿਹੜਾ ਕੁਝ ਤੁਹਾਨੂੰ ਕਹਿਤਾ ਉਹ ਕਰਤਾ। ਪੰਜਾਬ ਵਿੱਚ ਇਹ ਕਿਸਾਨ ਪ੍ਰਧਾਨ ਸੂਬਾ ਕਿਸਾਨੀ ਦਾ, ਅਤੇ ਇਹਦੇ ਕਿਸਾਨੀ ਦੀ ਹਾਲਤ ਜਿਹੜੀ ਹੈ ਮੁਨਾਫਾ ਬਖਸ਼ ਧੰਦਾ ਨਹੀਂ ਰਿਹਾ ਦੇਸ਼ 'ਚ ਵੀ। ਇਹਦੇ ਵਾਸਤੇ ਜੋ ਕੁਝ ਪੰਜਾਬ ਸਰਕਾਰ ਕਰ ਸਕਦੀ ਸੀ, ਟਿਊਬਵੈੱਲਾਂ ਦੇ ਖਰਚੇ 6,000 ਕਰੋੜ ਰੁਪਇਆ ਉਹਦਾ ਬਿੱਲ ਹੁੰਦਾ ਹੈ, ਉਹ ਤੁਹਾਨੂੰ ਮਾਫ ਕੀਤਾ। ਨਹਿਰਾਂ ਦਾ ਪਾਣੀ 'ਤੇ ਕੋਈ ਖਰਚਾ ਨਹੀਂ, ਮਾਮਲਾ ਖਰਚਾ ਨਹੀਂ। ਦਲਿਤ ਭਰਾਵਾਂ ਨੂੰ, 35 ਲੱਖ ਪਰਿਵਾਰਾਂ ਨੂੰ ਆਟਾ ਦਾਲ ਜਿਹੜਾ ਦਿੱਤਾ। ਹੁਣ ਨਵਾਂ ਜਿਹੜਾ ਮੈਨੀਫੈਸਟੋ ਸੁਖਬੀਰ ਦੱਸ ਗਿਆ, ਮੈਂ ਉਹ ਦੁਹਰਾਉਣਾ ਨਹੀਂ ਚਾਹੁੰਦਾ। ਜਿੱਥੇ ਆਟਾ ਦਾਲ ਦਿੰਦੇ ਹਾਂ ਉੱਥੇ ਦੋ ਚੀਜ਼ਾਂ ਹੋਰ, ਖੰਡ ਅਤੇ ਘਿਓ, ਇਹ ਵੀ ਸਸਤਾ ਦਿੱਤਾ ਜਾਂਦਾ। ਔਰ ਇੰਨਾ ਤੁਹਾਨੂੰ ਜਿਵੇਂ ਦੱਸਿਆ ਇਹਨਾਂ ਨੇ ਕਿ ਹਰ ਪਿੰਡ ਵਿੱਚ ਕੰਕਰੀਟ ਦੀਆਂ ਗਲੀਆਂ, ਅਤੇ ਜਿਵੇਂ ਸ਼ਹਿਰਾਂ ਵਿੱਚ ਸੀਵਰੇਜ ਹੁੰਦਾ, ਵਾਟਰ ਸਪਲਾਈ ਹੁੰਦਾ, ਉਹ ਵੀ ਪਿੰਡਾਂ 'ਚ ਕਰਾਂਗੇ, ਸਟਰੀਟ ਲਾਈਟਾਂ ਵੀ ਦੇਵਾਂਗੇ। ਅਤੇ ਜਿੰਨੇ ਵੀ ਮੋਦੀ ਸਾਹਿਬ ਵੀ ਇਹ ਹਮੇਸ਼ਾ ਕਹਿੰਦੇ ਆ ਕਿ ਅਗਲੇ ਸਾਲਾਂ ਵਿੱਚ ਜਿਹੜੇ ਗਰੀਬ ਲੋਕਾਂ ਦੇ ਕੋਲ ਘਰ ਨਹੀਂ ਉਹਨਾਂ ਨੂੰ ਪੱਕੇ ਘਰ ਹਰ ਇੱਕ ਨੂੰ ਬਣਾ ਕੇ ਦੇਵਾਂਗੇ। ਇਸ ਕਰਕੇ ਗੱਲਾਂ ਤਾਂ ਹੋਰ ਵੀ ਬਹੁਤ ਸਾਰੀਆਂ ਕਰਨ ਵਾਲੀਆਂ ਸਨ, ਪਰ ਮੈਂ ਮੋਦੀ ਸਾਹਿਬ ਨੇ ਜਾਣਾ ਹੈ, ਅੱਗੇ ਲੇਟ ਹੋ ਗਿਆ, ਇਸ ਲਈ ਮੈਂ ਜ਼ਿਆਦਾ ਦੇਰ ਨਹੀਂ ਲੈਂਦਾ। ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਔਰ ਕੈਂਡੀਡੇਟ ਸਾਹਿਬ ਜਿਹੜੇ ਸਾਰੇ ਬੈਠੇ ਹੈ ਇਹ ਤੁਹਾਡੇ ਨੁਮਾਇੰਦੇ ਹੈ, ਇਹਨਾਂ ਦੀ ਜਿੱਤ ਪ੍ਰਾਪਤ ਕਰੋ ਤਾਂ ਕਿ ਅਗਲੇ 5 ਸਾਲਾਂ 'ਚ ਆਪਣੀ ਸਰਕਾਰ ਬਣੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰੂੰਗਾ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ, ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ,
ਉਹ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਸਨਮਾਨਿਤ ਕਰਨਗੇ ਤੇ ਜਕਾਰਿਆਂ ਦੇ ਰੂਪ ਦੇ ਵਿੱਚ ਝੰਡੇ ਤਾਂ ਕਰਕੇ ਸਾਰਿਆਂ ਨੇ ਜਵਾਬ ਦੇਣਾ। ਬੋਲੇ ਸੋ ਨਿਹਾਲ, ਸੋ ਸ੍ਰੀ ਅਕਾਲ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਜ਼ਿੰਦਾਬਾਦ, ਸ਼੍ਰੀ ਨਰਿੰਦਰ ਭਾਈ ਮੋਦੀ, ਜ਼ਿੰਦਾਬਾਦ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਜ਼ਿੰਦਾਬਾਦ। ਇੱਕ ਮੈਂ ਸਟੇਜ ਵੱਲੋਂ ਤੇ ਦੋਨੋਂ ਪਾਰਟੀਆਂ ਵੱਲੋਂ ਉਚੇਚਾ ਧੰਨਵਾਦ ਕਰੂੰਗਾ ਕਿ NRI ਵੀਰ ਵੀ ਮੋਦੀ ਸਾਹਿਬ ਕਰਕੇ, ਕਿਉਂਕਿ ਸਾਰੇ ਮੁਲਕਾਂ ਦੇ ਵਿੱਚ ਬੜਾ ਮਾਣ ਸਨਮਾਨ ਖੱਟਿਆ, ਬਹੁਤ ਇੱਥੇ ਆਏ ਹੋਏ ਨੇ ਪੰਜਾਬ ਦੇ ਵਿੱਚ, ਉਹਨਾਂ ਦਾ ਉਚੇਚਾ ਧੰਨਵਾਦ ਕਰੂੰ। ਬੜੇ ਆਦਰ ਸਹਿਤ ਮੈਂ ਬੇਨਤੀ ਕਰੂੰਗਾ ਮਾਣਯੋਗ ਨਰਿੰਦਰ ਭਾਈ ਮੋਦੀ ਜੀ ਨੂੰ ਕਿ ਉਹ ਤੁਹਾਡੇ ਸਨਮੁਖ ਹੋਣਗੇ। ਮੰਚ ਪਰ ਬਿਰਾਜਮਾਨ ਪੰਜਾਬ ਕੇ ਮੁੱਖ ਮੰਤਰੀ ਆਦਰਣੀਯ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਭਾਰਤੀਯ ਜਨਤਾ ਪਾਰਟੀ ਕੇ ਪ੍ਰਦੇਸ਼ ਅਧਿਕਸ਼ ਸ਼੍ਰੀਮਾਨ ਵਿਜੈ ਸਾਂਪਲਾ ਜੀ, ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਜੀ, ਕੇਂਦਰ ਮੇਂ ਮੰਤਰੀ ਪਰਿਸ਼ਦ ਕੇ ਮੇਰੀ ਸਾਥੀ ਹਰਸਿਮਰਤ ਜੀ, ਜਥੇਦਾਰ ਤੋਤਾ ਸਿੰਘ ਜੀ, ਸ੍ਰੀ ਅਵਿਨਾਸ਼ ਰਾਏ ਖੰਨਾ ਜੀ, ਸ੍ਰੀ ਮੰਤਰ ਸਿੰਘ ਬਰਾੜ ਜੀ, ਸ੍ਰੀਮਾਨ ਸਰੂਪ ਸਿੰਘ ਸਿੰਗਲਾ ਜੀ, ਸ੍ਰੀਮਾਨ HR ਕਲੇਰ ਜੀ, ਸ੍ਰੀਮਾਨ ਤੀਰਥ ਸਿੰਘ ਮਹਾਲਾ ਜੀ, ਪਰਮਭਵ ਸਿੰਘ ਬੰਟੀ ਸਰੋਮਾਣਾ ਜੀ, ਪੂਰਵ ਸਾਂਸਦ ਬੀਬੀ ਗੁਰਚਰਨ ਕੌਰ ਜੀ, ਫਰੀਦਕੋਟ ਕੇ ਭਾਜਪਾ ਕੇ ਅਧਿਕਸ਼ਾ ਸ੍ਰੀਮਤੀ ਸੁਨੀਤਾ ਜੀ, ਮੋਗਾ ਸੇ ਉਮੀਦਵਾਰ ਸਰਦਾਰ ਬਰਜਿੰਦਰ ਸਿੰਘ ਜੀ, ਸਰਦਾਰ ਕਮਰਜੀਤ ਸਿੰਘ ਜੀ, ਸਰਦਾਰ ਚਰਨਜੀਤ ਸਿੰਘ ਜੀ, ਸਰਦਾਰ ਸੁਭਾ ਸਿੰਘ ਜੀ, ਔਰ ਵਿਸ਼ਾਲ ਸੰਖਿਆ ਮੇਂ ਪਧਾਰੇ ਹੋਏ ਪੰਜਾਬ ਕੇ ਮੇਰੇ ਪਿਆਰੇ ਭਾਈ ਔਰ ਬਹਿਨੋ, ਚਾਰ ਤਾਰੀਖ ਕੋ ਆਪ ਸਭ ਪੰਜਾਬ ਕੇ ਭਾਗਯ ਕਾ ਫੈਸਲਾ ਕਰਨ ਵਾਲੇ, ਲੇਕਿਨ ਮੇਰੇ ਪੰਜਾਬ ਕੇ ਭਾਈਓ ਬਹਿਨੋ, ਜਬ ਆਪ ਪੰਜਾਬ ਮੇਂ ਸਰਕਾਰ ਚੁਣਤੇ ਹੈ ਤਬ ਸਿਰਫ ਪੰਜਾਬ ਕੇ ਲੋਗੋ ਕੇ ਭਾਗਯ ਕੇ ਲਿਏ ਨਹੀਂ ਚੁਣਤੇ, ਪੰਜਾਬ ਮੇਂ ਜਬ ਸਰਕਾਰ ਚੁਣੀ ਜਾਤੀ ਹੈ ਤੋ ਉਸਕੇ ਸਾਥ ਹਿੰਦੁਸਤਾਨ ਕਾ ਵੀ ਭਾਗਯ ਜੁੜਾ ਹੁਆ ਹੋਤਾ ਹੈ। ਯੇ ਸਰਹੱਦੀ ਰਾਜ ਹੈ, ਪਾਕਿਸਤਾਨ ਪੰਜਾਬ ਕੀ ਧਰਤੀ ਕਾ ਉਪਯੋਗ
हिंदुस्तान को तबाह करने के लिए मौके की तलाश में रहता है। और अगर यहां सरकार ढीली ढाली आ जाए, सरकार बाहरी लोगों की आ जाए, सरकार ऐशो आराम करने वालों की आ जाए, तो सिर्फ पंजाब के लोगों का नुकसान होगा ऐसा नहीं, पूरे हिंदुस्तान को एक संकट का दौर से गुजरना पड़ेगा। इसलिए मेरे प्यारे भाइयों बहनों, भारत की सुरक्षा के लिए, भारत की सुरक्षा को कोई चोट न पहुंचे, इसलिए भी पंजाब में ऐसी सरकार चाहिए जो सरकार देश की सुरक्षा की भी गारंटी हो। भाइयों बहनों, अभी मैं हरसिमरत जी को सुन रहा था, वो अपनी पीड़ा व्यक्त कर रही थी कि बादल साहब जैसे बुजुर्ग व्यक्ति के लिए न जाने कैसी कैसी भाषा बोली जाती है। भाइयों बहनों, मैं सार्वजनिक जीवन में कई वर्षों से हूं, मैंने अनेक दलों के राजनेता देखे हैं, अनेक दल के राजनेताओं को सुनने का मुझे अवसर भी मिला है। मेरे इतने जीवन के कालकाल में दो नेता जिनका मैं जिक्र करना चाहता हूं, एक अटल बिहारी वाजपेयी और दूसरे सरदार प्रकाश सिंह बादल। ये दो ऐसे नेता कि जिनके मुंह से कभी भी हल्का शब्द नहीं निकलता था। किसी की आलोचना करनी है, कितना ही छोटा व्यक्ति क्यों न हो, लेकिन ये दो नेताओं का उनके मुंह से कभी भी कटुता प्रकट नहीं हुई है। भाइयों बहनों, सार्वजनिक जीवन में बोलचाल कैसी हो, भाषण कैसी हो, ये अगर सीखना है तो अटल बिहारी वाजपेयी से सीखने को मिलता है, प्रकाश सिंह जी बादल से सीखने को मिलता है। लेकिन भाइयों बहनों, जब बादल साहब के लिए ऐसे शब्दों का प्रयोग किया गया, किया जा रहा, दुख पहुंचना बहुत स्वाभाविक है। लेकिन मैं हरसिमरत जी से कहना चाहता हूं, सुखबीर जी से कहना चाहता हूं, आप ऐसे लोगों से अपेक्षा क्यों करते हो? जो लोग किसी के लिए भी कुछ भी बोलने के आदि हो गए,
जिन्होंने अन्ना हजारे के साथ ऐसा किया वो बादल साहब के साथ न्याय करेंगे ऐसी आप आशा करते हैं ऐसे लोगों से? मैं हैरान हूं, हम भी कांग्रेस के खिलाफ लड़ाई लड़े हैं, हम ये कहते थे कि हम फलानी बात की जांच करवाएंगे, दोषियों को कानून के दायरे में लाएंगे और कानून दोषियों को छोड़े नहीं, इतनी बारीकाई से सच्चाई को ला करके रहेंगे। हम कभी ये नहीं कहते फलाने को जेल में भर देंगे, डिगने को जेल में भर देंगे। अरे देश ने हमें ये सत्ता नहीं दी, देश ने हमें सत्ता दी है कानून का पालन करने की, लेकिन आजकल भाषा बोली जा रही है। हम आकर के इसको, वो शीला दीक्षित को भी जेल में भरने वाले थे, अभी शीला दीक्षित उत्तर प्रदेश की मुख्यमंत्री घोषित हो गई उम्मीदवार। अब बताइए हम कहते हैं गुरु ग्रंथ साहब का जो अपमान हुआ है, मामला सरकार ने सीबीआई को दिया है, सीबीआई पूरी गहराई से जांच करेगी। और मैं कहता हूं, मैं ये नहीं कहता हूं कि उसको जेल में डाल दूंगा, मैं ये कहता हूं कि सीबीआई बारीकाई से जांच करेगी, गुरु ग्रंथ साहब का अपमान करने वालों को खोज के निकालेगी, कानून के हवाले करेगी और न्याय तंत्र न्याय करेगा और गुरु ग्रंथ साहब का अपमान करेगा। हर चीज कानून से चलती है, लेकिन ये डिक्टेटोरियल भाषा है, डिक्टेटर की भाषा है, फलाने को जेल में ठोक देंगे, डिगने को ये कर देंगे, क्या लोकतंत्र इस प्रकार से चलता है? भाइयों बहनों, मतभेद हो सकते हैं, राजनीतिक विरोध हो सकता है, लेकिन लोकतंत्र की मर्यादाएं टूट जाएगी तो देश का बहुत नुकसान होने वाला है और उसको संभाल के रखना ये हम सबका दायित्व है। भाइयों बहनों, अभी मैं गोवा गया था, गोवा के अखबार में मैंने एक चीज पढ़ी, कुछ लोगों को जब पता चल जाता है कि पराजय सामने दिख रहा है तो अभी से माहौल बनाने में लग जाते हैं, तरीके ढूंढते हैं। गोवा में क्या भाषण किया, अखबारों को इंटरव्यू दिया, उन्होंने कहा ये इलेक्शन कमीशन जो है मोदी नचाता है वैसे नाचता है। अब बताओ भाई, हिंदुस्तान में कोई इलेक्शन कमीशन पर झूठे आरोप नहीं लगाता है, लेकिन इलेक्शन कमीशन भी बेकार। और गुना क्या इलेक्शन कमीशन का, उसका गुना यह है कि पंजाब और गोवा के चुनाव की एक ही तारीख क्यों तय की। दूसरी शिकायत है
पंजाब और गोवा के चुनाव सबसे पहले क्यों करवाए? तीसरी उनकी शिकायत है कि एक ही समय पंजाब और गोवा के चुनाव इसलिए करवाए गए कि हमारा दल चुनाव में हार जाए। भाई, हारना के लिए तारीख कारण नहीं है, हारना का कारण तो दिल्ली के आपके कारनामे है, जिस कारनामों के कारण आपका हारना तय है। भाइयों बहनों, ये जो तरीका है, ये तरीका कभी देश में लोकतंत्र का भला नहीं कर सकता है। और इसलिए भाइयों बहनों, मैं आप सबसे आग्रह करने आया हूं कि चुनाव में पंजाब के भविष्य को फिर एक बार उस अंधेरी गली में घसीटने वालों से पंजाब को बचाइए। भाइयों बहनों, मैं ये भी बात पंजाब के लोगों को याद कराना चाहता हूं, सत्ता पाने के गुरूर में इसी पंजाब में भाइयों बहनों, जब आतंकवाद के दिन थे, कुछ लोग आतंकवादी हरकतें करके इस पंजाब की धरती, जो हरी भरी धरती थी, उसको खून से रंगने का प्रयास किया था। उस समय ये कांग्रेस पार्टी, उसके नेता सारी दुनिया में घूम जा जा करके पंजाब के हर नौजवान को आतंकवादी कह दिया था। हिंदुस्तान के किसी भी कोने में कोई सरदार नजर आए तो उसको वो सरदार देश के लिए जीने मरने वाला भगत सिंह का वंश नहीं नजर आता था, उसको लगता था कहीं ये आतंकवादी तो नहीं होगा। ट्रेन के डिब्बे में कोई सरदार मिल जाए तो बाकी पैसेंजर एक दूसरे के साथ छुकबुकाहट करते हैं, पता नहीं ये कौन होगा। ये हर पंजाबी को, हर सरदार को, हर पंजाब के नौजवान को आतंकवादी पेंट करने का पाप कांग्रेस पार्टी ने करके देश में हमारे दूध में दरार करने का प्रयास इन कांग्रेस वालों ने किया था। भाई, दूध में कभी दरार नहीं हो सकती है, लेकिन ये पाप उन लोगों ने किया था। आज दूसरे आए हैं, उन्होंने पंजाब के हर नौजवान को नशेड़ी कह दिया। कल्पना नहीं है, हिंदुस्तान में हर व्यक्ति जब पंजाब का नौजवान मिलेगा, नौकरी के लिए आया होगा, व्यापार के लिए आया होगा, तो उसको लगेगा कहीं ये नशेड़ी तो नहीं होगा। कितना नुकसान पंजाब का इस भाषा ने किया है। अरे, राजनीति अपनी जगह पे है, पंजाब के नौजवानों का भविष्य तो बर्बाद करना मत करो, वो पाप तो मत करो, लेकिन ये पाप इन लोगों ने किया है। भाइयों, समाज में नशे के खिलाफ
ਮਿਲਜੁਲ ਕਰਕੇ ਲੜਨਾ ਹੋਗਾ। ਸਮਾਜਿਕ ਬੁਰਾਈ ਕੀ ਖਿਲਾਫ ਹਰ ਕਿਸੇ ਕੋ ਇਕਜੁਟ ਹੋਣਾ ਹੋਗਾ, ਲੇਕਿਨ ਹਰ ਜਵਾਨ ਕੋ, ਹਰ ਨੌਜਵਾਨ ਕੋ ਨਸ਼ੇੜੀ ਕਹਿ ਕਰਕੇ ਹਮ ਦੇਸ਼ ਕੇ ਨੌਜਵਾਨੋ ਕੋ ਬਚਾ ਨਹੀਂ ਸਕਤੇ। ਭਾਈਓ ਬਹਿਨੋ, ਆਜ਼ਾਦੀ ਕੇ ਬਾਅਦ हमारे देश में महात्मा गांधी को जब भी याद करते हैं, महात्मा गांधी हमेशा कहते थे हिंदुस्तान गांवों का देश है, हिंदुस्तान कृषि प्रधान देश है, कृषि हमारी आत्मा है, खेती हमारी जिंदगी है, खेती हमारी आर्थिक उन्नति है। लेकिन भाइयों बहनों, आजादी के बाद जितने नेता हो गए, मैं कह सकता हूं इस देश ने तीन नेता देखे जिन नेताओं का जीवन, जिन नेताओं का जहन किसानी से भरा हुआ था। एक चौधरी चरण सिंह, दूसरे चौधरी देवीलाल और तीसरे प्रकाश सिंह बादल। ये देश ने सच्चे अर्थ में खेत से निकला हुआ, खलिहान से निकला हुआ, किसान की जिंदगी जीने वाला अगर देश ने तीन नेता देखे तो तीसरे नेता है और आज सिर्फ एक ही देश में मौजूद है, वो सरदार प्रकाश सिंह बादल। प्रकाश सिंह बादल ये सिर्फ पंजाब के किसानों के नेता नहीं, वो हिंदुस्तान के किसानों के नेता है, हिंदुस्तान के किसान का भला कैसे हो इस सोच के इंसान है। मैंने देखा है, मैं भी मुख्यमंत्री था, बादल साहब भी मुख्यमंत्री थे, हम लगातार भारत सरकार जो मीटिंग बुलाती थी तो हम बैठते थे। जब मैं गुजरात से आता था तो मुझे लगता था कि दिल्ली में कांग्रेस की सरकार है, सरदार प्रधानमंत्री है, तो ये प्रकाश सिंह बादल साहब को तो बल्ले बल्ले होगा, उनको तो जो चाहिए मिल जाता होगा। लेकिन जब मीटिंग होती थी और बादल साहब जब पंजाब का ब्यौरा देते थे, इतनी पीड़ा होती थी कि दिल्ली में बैठी हुई सरकार ने बादल साहब को 10 साल यहां जनता ने मौका दिया, 8 साल तक दिल्ली में बैठी हुई कांग्रेस सरकार ने बादल साहब को हर काम में रोड़े अटकाए, रुकावटें डाली, कोई काम करने नहीं दिया। उसके बावजूद भी बादल साहब ने मीटिंग में कभी मर्यादा नहीं तोड़ी, विवेक नहीं तोड़ा, अपनी बात बताते थे, किसानों की बात बताते थे। लेकिन ये कांग्रेस सरकार बादल साहब की 8-8 साल तक कोई बात सुनती रही।
आज दिल्ली में वो सरकार बैठी है, बादल साहब की साथी सरकार है। दो साल में हमने वो काम किए हैं, वो मदद की है, पंजाब के सारे पुराने मसले हमने सुलझा दिए और बादल साहब पंजाब की प्रगति के लिए जो चाहते थे हमने रास्ते खोल दिए। अगर यही बात शुरू से हमारी सरकार होती तो आप पंजाब कहां से कहां पहुंच जाता, लेकिन 8 साल तक कांग्रेस सरकार ने रुकावटें डाली और उसका परिणाम यह हुआ कि बादल साहब को काम नहीं करने दिया गया। 2 साल में भरपूर काम करने का अवसर मिला है और आपको दिखाई देता है, विकास की नई ऊंचाइयों पर ले जाने में बादल साहब ने कोई कसर नहीं छोड़ी और आज भी हर पल मेरा पंजाब, मेरा किसान, मेरे पंजाब का नौजवान, उसका भला कैसे हो, नई नई चीजें सोचते रहना, नई चीजें करते रहना, ये बादल साहब की शख्सियत का परिणाम है। और इसलिए मेरे भाइयों बहनों, इस चुनाव में पंजाब को बर्बाद करना, पंजाब का कुछ भी हो जाए, हमारी दुनिया खड़ी हो जाए, ये सपने लेकर के जो लोग चल रहे हैं उनको जिस रास्ते से आए हैं उसी रास्ते से वापस दिल्ली भेज दो और उनको कहो कि वहां की पहले जिम्मेवारी पूरी करो, जनता को जो वादे किए थे वो पूरा करो। भाइयों बहनों, आज दिल्ली में एक ऐसी सरकार आपने बिठाई है, जो काम आपने मुझे दिया है, मेरा सपना है हिंदुस्तान के किसानों को 2022 जब भारत की आजादी के 75 साल होंगे, हम 2022 तक में हिंदुस्तान के किसान की आय दोगुना करना चाहते हैं, डबल करना चाहते हैं। जो काम 70 साल में नहीं हुआ वो काम 7 साल में पूरा करने का बीड़ा उठाया है। और भाइयों बहनों, जिस तरीके से हम आगे बढ़ रहे हैं, हम सफलता प्राप्त करके रहेंगे, ये मैं आपको विश्वास दिलाना चाहता हूं। हमने ऐसे नए इनिशिएटिव लिए हैं, हमने ऐसे नए निर्णय किए हैं, ऐसी नई योजना बनाई है कि जिसके कारण किसान का भाग्य सुनिश्चित होगा और किसान अपनी आय दोगुना कर पाएगा। भाइयों बहनों, आप मुझे बताइए, अगर किसान को पानी मिले तो मेरा पंजाब का किसान मिट्टी में से सोना पैदा कर देता है, वो पानी से भी ज्यादा अपना पसीना बहाता है, वो अपने सपने अपने खेत की मिट्टी में मिला मिला करके हिंदुस्तान के सपनों को सजाता है। ये मेरे पंजाब का किसान है, हिंदुस्तान का पेट भरता है, वो मेरा पंजाब का किसान है। भाइयों बहनों, हमने प्रधानमंत्री कृषि सिंचाई योजना बनाई है, हजारों करोड़ रुपया खर्च करके हर खेत को पानी मिले,
उस दिशा में बीड़ा उठाया है। 90 ऐसी योजनाएं उसको हाथ में लिया है। लाखों हेक्टेयर भूमि को तुरंत पानी पहुंचे इसके लिए चारों तरफ देश में काम चल रहा है। पंजाब में पानी की नहरें बहुत पुरानी हो गई, अगर उन नहरों का मरम्मत ठीक हो जाए तो पानी जो आखिर तक पहुंचता नहीं है उसको उठाने के लिए बादल साहब पूरी ताकत से लगे हैं, दिल्ली सरकार पूरी मदद कर रही है, पानी पहुंचाने का काम चल रहा है। हमने एक पूरे देश में अभियान चलाया है, पर ड्रॉप मोर क्रॉप, एक एक बूंद से ज्यादा फसल कैसे मिले इसका बीड़ा उठाया है। और इसलिए पर ड्रॉप मोर क्रॉप, माइक्रो इरिगेशन, टपक सिंचाई, बूंद बूंद पानी से खेती, इसका एक बड़ा अभियान। और मुझे खुशी है इतने कम समय में 15 लाख हेक्टेयर करीब करीब धरती आज माइक्रो इरिगेशन की ओर कवर हुई है। अगर पंजाब में भी हम ये माइक्रो इरिगेशन को लागू कर पाए, जितने ज्यादा किसानों को लेकर आए, हम पानी भी बचाएंगे, मजदूरी भी बचाएंगे, ज्यादा फसल होगी, अच्छी फसल होगी, उस दिशा में हम काम कर रहे हैं। भाइयों बहनों, आज भारत सरकार पंजाब के किसानों की पैदावार को दाम जो बाजार में चलते हैं उससे ज्यादा दे करके उस फसल की खरीदी करती है, ताकि कभी किसान को परेशानी के दिन ना आए। भाइयों बहनों, हमने एक और निर्णय किया है कि हमारा किसान जो धान पैदा करता है उसके बाद जो वेस्ट रहता है, जो जला देता है, हमने उसमें से इथेनॉल बनाने के कारखाने पंजाब की धरती पर लगाने वाले हैं। जो आज जला देते हैं आप, उसमें से इथेनॉल निकालेंगे और किसान को उसमें से भी इनकम होगी। एक एक हेक्टेयर पर 2000, 5000, 10000, 15000 तक इनकम हो सकती है। ये नई इनकम किसान की बढ़ाने की दिशा में हम काम कर रहे हैं और देश की ऊर्जा की आवश्यकता को भी हम पूरा कर रहे हैं। हम किसान को वैल्यू एडिशन, फूड प्रोसेसिंग, उसके लिए बल देना चाहते हैं। किसान जो पैदा करता है उसका अगर वैल्यू एडिशन होता है तो उसकी इनकम बढ़ती है। अगर वो टमाटर पैदा करता है लेकिन टमाटर का कैचअप बिकता है, ज्यादा कमाई होती है। वो दूध पैदा करता है लेकिन अगर दूध में से मिठाई बना करके बिकती है, मक्खन या चीज बना करके बिकती है, तो ज्यादा पैसा मिलता है। हम फूड प्रोसेसिंग, वैल्यू एडिशन, उस पर ज्यादा बल दे रहे हैं ताकि हमारे किसान को उसकी ज्यादा इनकम मिले, ज्यादा कमाई हो, दुनिया के बाजार में कमाई हो। भारत सरकार ऑर्गेनिक फार्मिंग, उस पर बल दे रही है। आज दुनिया में जो माल यहां 1 रुपये में बिकता है वो अगर ऑर्गेनिक है तो दुनिया में 1 डॉलर में बिकता है। कितना गुना इनकम हो सकती है किसान को। हमारे देश में
एक राज्य सिक्किम पूरा ऑर्गेनिक स्टेट बना दिया है। भाइयों बहनों, पंजाब भी इस स्पर्धा में आ सकता है। हम पूरे देश में ऑर्गेनिक सर्टिफाई करने के लिए लैब खड़ी करना चाहते हैं और जो भी किसान ऑर्गेनिक फार्मिंग की ओर जाना चाहता है उसको मदद करना चाहते हैं और उस ऑर्गेनिक खेती से पैदावार जो हो उससे उसको एक रुपये के सामने एक डॉलर की कमाई हो, ये दिशा में हम ले जाना चाहते हैं। भाइयों बहनों, हमने किसान को प्राकृतिक आपदा से जूझता हुआ देखा है। ओले गिर जाए, वर्षा आ जाए, बीमारी आ जाए, किसान की मेहनत पानी में जाती है। हमने किसान को ऐसा फसल बीमा योजना दिया है कि इन सारे संकटों की उससे रक्षा करता है। और पहले कोई संकट आ जाए तो 50% से ज्यादा हो तब सरकार देखती थी। हमने नियम बदल दिया, अगर नुकसानी 30% भी हो गई तो भी सरकार उसको नुकसान मानेगी और किसान को भुगतान करेगी। फैसला इतना बड़ा हमने किया है। फसल बीमा योजना के द्वारा किसान को खेत में खड़ी फसल हो, काट करके रखी हुई फसल हो, बाजार जाने की तैयारी हो, अगर कोई पानी गिर गया और खराब हो गई तो उसके पैसे भी देने का काम फसल बीमा योजना में किया। कभी मानो पानी नहीं आया, बरसात नहीं गिरी, जून महीने में बोना है नहीं हो पाया, जुलाई महीने में बोना है नहीं हो पाया, अगस्त महीने में बोना है नहीं पाया, किसान एक दाना भी नहीं बो पाया तो भी फसल बीमा योजना से उसका पिछले साल का हिसाब दे करके पैसे देने का प्रबंध फसल बीमा योजना में किया। कोई सोच सकता है इस देश में किसानों के लिए ऐसी फसल योजना हो सकती है? ये दिल्ली में भारतीय जनता पार्टी अकाली दल की सरकार ऐसी है कि जिसने किसानों को केंद्र में रखते हुए योजनाओं को बनाने का प्रयास किया है। भाइयों बहनों, ये योजना किसानों की भलाई के लिए है। हम चाहते हैं दूध उत्पादन में भी हमारा पंजाब का किसान पशुपालन के काम में भी आगे आए। आज हमारी गाय या भैंस जो दूध देती है उसको अगर सही परवरिश हो, वैज्ञानिक परवरिश हो, आरोग्य की चिंता की जाए, व्यवस्था की जाए तो वो डबल डबल दूध दे सकती है। हमारे पशु कम भी हो, ज्यादा दूध की पैदावार संभव है। उस दिशा में वैज्ञानिक तरीके से काम करने की दिशा में सरकार काम कर रही है। फिशरीज हो, पोल्ट्री फार्म हो, ये भी एक प्रकार से कृषि के क्षेत्र को मदद करने वाला कारोबार है, उसको भी हम हनी। पंजाब में कुछ किसान हैं जो शहद के काम में लग गए हैं। हम हर खेत में हनी के काम को पहुंचाना चाहते हैं। मधु शहद पूरे दुनिया में बहुत बड़ा मार्केट है। अगर सच्चा और पक्का हनी अगर दुनिया को हम दे सकते हैं तो दुनिया हिंदुस्तान का हनी खरीदने के लिए, शहद खरीदने के लिए लालायित है। हमारे किसान की जेब भर जाएगी, उस दिशा में हम काम कर रहे हैं। भाइयों बहनों, किसान के जिंदगी को बदलना,
एक वैज्ञानिक तरीका, हमने आज पूरे देश में एक कॉमन मार्केट का बीड़ा उठाया, इनाम नाम की योजना लगाई है। कोई भी किसान मोबाइल फोन पर तय कर सकता है किस बाजार में ज्यादा दाम है, वो मोबाइल फोन पर अपना माल बेच सकता है और वो कमाई कर सकता है। जहां सबसे ज्यादा दाम मिलेगा वहां किसान माल बेचने के लिए उसको माहौल मिलेगा। ये टेक्नोलॉजी का उपयोग करते हुए किसान को इनाम नाम की मार्केटिंग की सुविधा देने का काम हमारी सरकार ने किया है। मेरा कहने का तात्पर्य ये है कि हम कृषि को आधुनिक बनाना चाहते हैं, हम कृषि को वैज्ञानिक बनाना चाहते हैं, हम कृषि में टेक्नोलॉजी लाना चाहते हैं, हम कृषि से रोजगार के नए अवसर पैदा करना चाहते हैं, हम कृषि से किसान की आय दोगुना करना चाहते हैं, हम गांव के जीवन को बदलना चाहते हैं। और इसलिए भाइयों बहनों, प्रकाश सिंह बादल आज जितने नेता पंजाब में दिखाई देते हैं, कोई कह सकता है कि कांग्रेस का कोई नेता है जो इसको किसान नेता कहेंगे, और छोटे मोटे लोग जो खड़े हो गए उनमें भी कोई किसान है? एक अकेला अकाली दल है, एक अकेला अकाली दल है जो किसानों का दल है, जो किसानों के लिए काम करने वाला दल है। और इसलिए मैं भाइयों बहनों, हिंदुस्तान का पेट भरने वाला किसान, पंजाब का किसान सुरक्षित रहे तो वही रख सकते हैं जो खुद किसानी से जुड़े हुए हैं, और वो सिर्फ और सिर्फ बादल साहब है। और इसलिए भाइयों बहनों, मैं आपसे आग्रह करने आया हूं कि 4 तारीख को चुनाव है, बहुत बड़ी मात्रा में मतदान करके फिर एक बार इसी क्षेत्र से मुख्यमंत्री बनाइए, बादल साहब को फिर से मुख्यमंत्री बनाइए, किसानों का भाग्य बदलने का, दिल्ली सरकार का जो सपना है उसको पूरा करने के लिए बादल साहब को ताकत मिलनी चाहिए। और इसलिए मैं आप सबसे आग्रह करता हूं, आने वाली 4 फरवरी नु तकड़ी ते कमल दा बटन नपके अकाली भाजपा नु एक बार फिर सेवा दा मौका दे। बहुत बहुत धन्यवाद। श्री नरेंद्र भाई मोदी, सरदार प्रकाश सिंह जी बादल, श्रोमणी अकाली दल, भारतीय जनता पार्टी, बोले सोनिहाल। सरदार प्रकाश सिंह जी बादल, श्री नरेंद्र भाई मोदी, सरदार सुखबीर सिंह जी बादल, श्रोमणी अकाली दल, भारतीय जनता पार्टी, ਸੋ ਸਟੇਜ ਤੋਂ ਸਾਰੇ ਹੀ ਵਰਕਰ ਸਾਹਿਬਾਨਾਂ ਦਾ, ਜਿਹੜੇ ਕਿ ਬੜੀ ਤਨਦੇਹੀ ਨਾਲ ਕੰਮ ਕਰਕੇ ਅੱਜ ਦੀ ਰੈਲੀ ਨੂੰ ਕਾਮਯਾਬ ਕੀਤਾ, ਉਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਮਾਫ਼ੀ ਚਾਹੁੰਦੇ ਹਾਂ ਕਿ ਜਿੰਨਾ ਇਕੱਠ ਅੰਦਰ ਆ ਸਕਿਆ ਉਸ ਤੋਂ ਬਹੁਤ ਸਾਰਾ ਇਕੱਠ ਜਿਹੜਾ ਬਾਹਰ ਰਹਿ ਗਿਆ, ਪ੍ਰਬੰਧ ਸਾਡੇ ਛੋਟੇ ਪੈ ਗਏ ਆ, ਇਹਦੇ ਲਈ ਮੈਂ ਸਾਰਿਆਂ ਤੋਂ ਮਾਫ਼ੀ ਚਾਹੁੰਦਾ। ਅਖੀਰ ਦੇ ਵਿੱਚ ਪ੍ਰੈਸ ਵਾਲੇ ਵੀਰਾਂ ਦਾ, ਸਾਰੇ ਪ੍ਰਸ਼ਾਸਨ ਦਾ, ਸਾਰੇ ਹੀ ਕੰਮ ਕਰਨ ਵਾਲੇ ਦਰਜਾ ਬਦਰਜਾ ਲੀਡਰ ਸਾਹਿਬਾਨ, ਵਰਕਰ ਸਾਹਿਬਾਨ, ਆਗੂ ਸਾਹਿਬਾਨ, ਸਾਰਿਆਂ ਦਾ ਸਟੇਜ ਵੱਲੋਂ, ਪਾਰਟੀ ਵੱਲੋਂ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕੀਤਾ ਜਾਂਦਾ।
ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।